ਸਤਿਕਾਰਯੋਗ ਅਧਿਆਪਕ ਸਾਹਿਬਾਨ ਅਤੇ ਪਿਆਰੇ ਵਿਦਿਆਰਥੀਓ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਜਿਸ ਵਿਸ਼ੇ 'ਤੇ ਅਸੀਂ ਗੱਲ ਕਰਨ ਜਾ ਰਹੇ ਹਾਂ ਉਹ ਜਨਸੰਖਿਆ ਦੇ ਵਿੱਚ ਬੜੇ ਹੀ ਮਹੱਤਵਪੂਰਨ ਵਿਸ਼ੇ ਹਨ। ਸੋ ਪਹਿਲਾ ਜਿਹੜਾ ਟੋਪਿਕ ਜਿਹੜਾ ਮੈਂ ਟੇਕਅਪ ਕਰਾਂਗਾ ਉਹ ਹੈ ਜਨ ਅੰਕਣ ਪਰਿਵਰਤਨ ਤਬਦੀਲੀ ਸਿਧਾਂਤ, ਥਿਊਰੀਜ਼ ਆਫ ਡੈਮੋਗ੍ਰਾਫਿਕ ਟ੍ਰਾਂਜ਼ੀਸ਼ਨ, ਜਾਂ ਜਨਸੰਖਿਆ ਦੀਆਂ ਜਿਹੜੇ ਬਦਲਾਵ ਆਉਂਦਾ ਹੈ ਉਹਦੇ ਵਿੱਚ ਕਿਵੇਂ ਬਦਲਾਵ ਆਉਂਦਾ, ਉਹ ਕਿਹੜੇ ਕਿਹੜੇ ਤੱਤਾਂ 'ਤੇ ਆਧਾਰਿਤ ਹੈ ਉਹਦੇ ਬਾਰੇ ਆਪਾਂ ਗੱਲ ਕਰਾਂਗੇ। ਔਰ ਇਹਦੇ ਨਾਲ ਨਾਲ ਦੂਸਰਾ ਜਿਹੜਾ ਟੋਪਿਕ ਹੈ ਉਹ ਹੈ ਮਨੁੱਖੀ ਵਿਕਾਸ ਦੀ ਧਾਰਨਾ। ਸੋ ਪਹਿਲਾਂ ਅਸੀਂ ਲਵਾਂਗੇ ਡੈਮੋਗ੍ਰਾਫਿਕ ਟ੍ਰਾਂਜ਼ੀਸ਼ਨ ਥਿਊਰੀ ਜਾਂ ਜਨ ਅੰਕਣ ਪਰਿਵਰਤਨ ਤਬਦੀਲੀ ਸਿਧਾਂਤ। ਇਹ ਸਿਧਾਂਤ ਕੀ ਆ? ਜਿਵੇਂ ਅਸੀਂ ਭਲੀ ਭਾਂਤ ਜਾਣਦੇ ਹਾਂ ਕਿ ਹਰ ਸਮੇਂ 'ਤੇ ਸੰਸਾਰ ਦੀ ਜਾਂ ਕਿਸੇ ਦੇਸ਼ ਦੀ ਜਾਂ ਕਿਸੇ ਖੇਤਰ ਦੀ ਜਨਸੰਖਿਆ ਕਦੀ ਵੀ ਇੱਕੋ ਜਿਹੀ ਨਹੀਂ ਰਹੀ ਔਰ ਇਹਦੇ ਵਿੱਚ ਸਥਿਰਤਾ ਵੀ ਨਹੀਂ ਰਹੀ। ਇਹ ਸਮੇਂ ਸਮੇਂ 'ਤੇ ਇਹਦੇ ਵਿੱਚ ਬਦਲਾਵ ਜਿਹੜਾ ਆਉਂਦਾ ਰਹਿੰਦਾ ਹੈ। ਸਾਡੇ ਵਿੱਚ ਸਭ ਤੋਂ ਪਹਿਲਾਂ ਇਹ ਜਿਹੜਾ ਸਿਧਾਂਤ ਸਟੱਡੀ ਕੀਤਾ ਸਾਡੇ ਦੋ ਸਕਾਲਰ ਸਨ, ਡਬਲਿਊ ਐੱਸ ਥੋਮਸਨ ਅਤੇ ਐੱਫ ਡਬਲਿਊ ਨੋਟਸਟੀਨ, ਜਿਨ੍ਹਾਂ ਨੇ ਸਭ ਤੋਂ ਪਹਿਲਾਂ ਟ੍ਰਾਂਜ਼ੀਸ਼ਨ ਥਿਊਰੀ ਦਿੱਤੀ। ਇਹਨਾਂ ਨੇ ਥਿਊਰੀ ਦੇ ਵਿੱਚ ਤਿੰਨ ਸਟੇਜਸ ਦੱਸੀਆਂ ਸਾਨੂੰ, ਜਿਹੜੇ ਇਹਨਾਂ ਤੋਂ ਬਾਅਦ ਇੱਕ ਹੋਰ ਸਕਾਲਰ ਹੋਏ ਨੇ ਸੀ ਪੀ ਬਲੈਕਰ, ਜਿਨ੍ਹਾਂ ਨੇ ਇਸੇ ਥਿਊਰੀ ਨੂੰ ਪੰਜ ਸਟੇਜਾਂ ਵਿੱਚ ਸਾਨੂੰ ਸਮਝਾਇਆ ਹੈ। ਸੋ ਬਲੈਕਰ ਨੇ ਪੰਜ ਸਟੇਜ ਵਿੱਚ ਸਮਝਾਇਆ, ਆ ਜਿਹੜੇ ਬਿਲਕੁਲ ਸਾਹਮਣੇ ਸਾਡੇ ਦਿਖ ਰਹੇ ਨੇ ਸੀ ਪੀ ਬਲੈਕਰ, ਇੱਕ ਬਹੁਤ ਵੱਡੇ ਫਿਲੋਸਫਰ ਹੋਏ ਨੇ, ਔਰ ਡਬਲਿਊ ਐੱਸ ਥੋਮਸਨ ਅਤੇ ਨੋਟਸਟੀਨ। ਇਹਨਾਂ ਫਿਲੋਸਫਰਸ ਨੇ, ਇਹਨਾਂ ਵਿਦਵਾਨਾਂ ਨੇ ਸਾਨੂੰ ਜਨਸੰਖਿਆ ਪਰਿਵਰਤਨ ਦੇ ਸਿਧਾਂਤ ਦਿੱਤੇ। ਸੋ ਅਸੀਂ ਇੱਥੇ ਦਿੱਤੀਆਂ ਤਾਂ ਪੰਜ ਸਟੇਜਸ ਨੇ, ਪਰੰਤੂ ਅਸੀਂ ਇੱਥੇ ਤਿੰਨ ਮਹੱਤਵਪੂਰਨ ਸਟੇਜਸ ਨੂੰ ਪੜ੍ਹਾਂਗੇ, ਸਟੇਜ 1, ਸਟੇਜ 2, ਸਟੇਜ 3, ਔਰ ਤੀਜੀ ਅਤੇ ਚੌਥੀ ਸਟੇਜ ਨੂੰ ਅਸੀਂ ਜੋੜ ਕੇ ਤੀਜੀ ਸਟੇਜ ਕਹਾਂਗੇ, ਪੰਜਵੀਂ ਸਟੇਜ ਨੂੰ ਉੱਥੇ ਛੱਡ ਦੇਵਾਂਗੇ ਅਸੀਂ। ਆ ਜਿਵੇਂ ਦਰਸਾਇਆ ਗਿਆ ਹੈ, ਪਹਿਲਾ ਪੜਾਅ, ਦੂਜਾ ਪੜਾਅ, ਤੀਜਾ ਪੜਾਅ, ਜਨਸੰਖਿਆ ਵਿੱਚ ਕਿਵੇਂ ਪਰਿਵਰਤਨ ਆਉਂਦਾ ਹੈ, ਇਹ ਤਿੰਨ ਪੜਾਵਾਂ 'ਤੇ ਆਪਾਂ ਗੱਲ ਕਰਾਂਗੇ ਅੱਜ। ਸੋ ਪਹਿਲੀ ਸਟੇਜ ਜਿਹੜੀ ਹੈ, ਪਹਿਲੀ ਸਟੇਜ ਵਿੱਚ ਕੀ ਹੈ, ਹਾਈ ਬਰਥ ਰੇਟ, ਹਾਈ ਡੈਥ ਰੇਟ। ਇਹਦਾ ਕੀ ਮਤਲਬ? ਬਰਥ ਰੇਟ ਕੀ ਹੁੰਦਾ? ਬਰਥ ਰੇਟ ਹੁੰਦੀ ਜਨਮ ਦਰ। ਜਨਮ ਦਰ ਕੀ? ਕਿ ਕਿਸੇ ਖਾਸ ਖੇਤਰ ਵਿੱਚ ਖਾਸ ਸਮੇਂ ਵਿੱਚ ਕਿੰਨੇ ਬੱਚਿਆਂ ਨੇ ਜਨਮ ਲਿਆ, ਇਹਨੂੰ ਅਸੀਂ ਹਜ਼ਾਰ ਪਿੱਛੇ ਗਿਆਤ ਕਰ ਲੈਂਦੇ ਹਾਂ, ਕੈਲਕੂਲੇਟ ਕਰ ਲੈਂਦੇ ਹਾਂ। ਡੈਥ ਰੇਟ ਵੀ ਇਸੇ ਰਾਹੀਂ ਅਸੀਂ ਗਿਆਤ ਕਰਦੇ ਹਾਂ ਕਿ ਕਿਸੇ ਨਿਸ਼ਚਿਤ ਸਮੇਂ ਵਿੱਚ ਕਿਸੇ ਨਿਸ਼ਚਿਤ ਖੇਤਰ ਵਿੱਚ ਕਿੰਨੀਆਂ ਮੌਤਾਂ ਹੋਈਆਂ। ਸੋ ਬਰਥ ਰੇਟ ਜਾਂ ਜਨਮ ਦਰ ਕੀ ਆ? ਇੱਕ ਹਜ਼ਾਰ ਪਿੱਛੇ ਕਿੰਨੇ ਜਨਮ ਹੋਏ ਇੱਕ ਨਿਸ਼ਚਿਤ ਸਮੇਂ ਵਿੱਚ। ਔਰ ਡੈਥ ਰੇਟ ਕੀ ਆ? ਇੱਕ ਨਿਸ਼ਚਿਤ ਸਮੇਂ ਵਿੱਚ ਇੱਕ ਨਿਸ਼ਚਿਤ ਖੇਤਰ ਵਿੱਚ ਹਜ਼ਾਰ ਪਿੱਛੇ ਕਿੰਨੀਆਂ ਮੌਤਾਂ ਹੋਈਆਂ। ਸੋ ਪਹਿਲੇ ਪੜਾਅ ਦੇ ਵਿੱਚ ਜਾਂ ਪਹਿਲੀ ਸਟੇਜ ਦੇ ਵਿੱਚ ਹਾਈ ਬਰਥ ਰੇਟ ਅਤੇ ਹਾਈ ਡੈਥ ਰੇਟ ਹੈ, ਇਹ ਜਨਸੰਖਿਆ ਪਰਿਵਰਤਨ ਦੀ ਪਹਿਲੀ ਸਥਿਤੀ ਹੈ, ਪਹਿਲਾ ਪੜਾਅ ਹੈ। ਇਸ ਤੋਂ ਸਾਨੂੰ ਕੀ ਪਤਾ ਲੱਗਦਾ ਕਿ ਜਿਹੜਾ ਬਰਥ ਰੇਟ ਹੈ ਨੋਰਮਲੀ ਇਹਦੇ ਵਿੱਚ 35 ਤੋਂ 40 ਦੇ ਆਸ ਪਾਸ ਹੁੰਦਾ ਹੈ, ਡੈਥ ਰੇਟ ਵੀ 35 ਤੋਂ 40 ਦੇ ਵਿੱਚ ਹੁੰਦਾ ਹੈ। ਸੋ ਜਦੋਂ ਹਾਈ ਬਰਥ ਰੇਟ ਅਤੇ ਹਾਈ ਡੈਥ ਰੇਟ ਹੋਵੇਗਾ ਤਾਂ ਇਹਦਾ ਰਿਜ਼ਲਟ ਕੀ ਹੋਵੇਗਾ, ਨਤੀਜਾ ਕੀ ਹੋਵੇਗਾ ਕਿ ਲੋਕ ਜਿਹੜੇ ਆ ਉਹ ਜਨਮ ਵੀ ਬਹੁਤ ਤੇਜ਼ੀ ਨਾਲ ਲੈ ਰਹੇ ਨੇ ਔਰ ਉਹਨਾਂ ਦੀ ਮੌਤ ਜਿਹੜੀ ਆ ਉਹ ਵੀ ਤੇਜ਼ੀ ਨਾਲ ਹੋ ਰਹੀ ਹੈ। ਸੋ ਜਿਹੜਾ ਨੈੱਟ ਗੇਨ ਹੈ ਜਾਂ ਵਾਧਾ ਹੈ ਉਹ ਵਾਧਾ ਬਹੁਤ ਜ਼ਿਆਦਾ ਨਹੀਂ ਹੋਵੇਗਾ ਜਾਂ ਘੱਟ ਹੋਵੇਗਾ। ਸੋ ਇਹ ਪਹਿਲੀ ਸਟੇਜ ਦੇ ਵਿੱਚ ਹਾਈ ਬਰਥ ਰੇਟ ਹਾਈ ਡੈਥ ਰੇਟ ਦੇ ਵਿੱਚ ਅਨਸਰਟਨਿਟੀ, ਕੋਈ ਪੱਕਾ ਨਹੀਂ ਹੈ ਕਿ ਕਿੰਨੀ ਕੁ ਆਬਾਦੀ ਵੱਧ ਰਹੀ ਕਿੰਨੀ ਨਹੀਂ। ਸੋ ਬਹੁਤ ਜ਼ਿਆਦਾ ਜਨਮ ਹੋ ਰਹੇ ਨੇ, ਬਹੁਤ ਜ਼ਿਆਦਾ ਮੌਤਾਂ ਹੋ ਰਹੀਆਂ ਨੇ। ਸੋ ਦੂਜੇ ਪੜਾਅ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਹਾਈ ਬਰਥ ਰੇਟ, ਜਨਮ ਦਰ ਜਿਹੜੀ ਹੈ ਉਹ ਉੱਚੀ ਹੈ, ਪਰੰਤੂ ਜਿਹੜੀ ਮੌਤ ਦਰ ਹੈ ਇਹ ਘੱਟ ਗਈ। ਮੌਤ ਦਰ ਘਟਣ ਦਾ ਕਾਰਨ ਕੀ ਹੋ ਸਕਦਾ? ਜਿਵੇਂ ਆਪਾਂ ਜਾਣਦੇ ਹਾਂ ਕਿ ਸਮੇਂ ਸਮੇਂ 'ਤੇ ਜਿਹੜੀਆਂ ਸੁੱਖ ਸਹੂਲਤਾਂ ਨੇ ਜਾਂ ਸਿਹਤ ਸਹੂਲਤਾਂ ਨੇ ਇਹਦੇ ਵਿੱਚ ਲਗਾਤਾਰ ਸੁਧਾਰ ਹੁੰਦਾ ਆ ਰਿਹਾ ਹੈ। ਸੋ ਜਦੋਂ ਸਿਹਤ ਸਹੂਲਤਾਂ ਵਿੱਚ ਸੁਧਾਰ ਹੋ ਗਿਆ, ਜਿਹੜੀ ਬਰਥ ਰੇਟ ਸੀਗਾ ਉਹ ਤਾਂ ਉਹੀ ਰਿਹਾ, ਡੈਥ ਰੇਟ ਜਿਹੜਾ ਸੀ ਉਹ ਘੱਟ ਗਿਆ।
ਦੂਜੇ ਪੜਾਅ ਦੇ ਵਿੱਚ ਬਰਥ ਰੇਟ ਹਾਈ ਹੀ ਰਿਹਾ ਜਾਂ ਉੱਚਾ ਹੀ ਰਿਹਾ ਔਰ ਮੌਤ ਦਰ ਜਾਂ ਡੈਥ ਰੇਟ ਜਿਹੜਾ ਇਹ ਘੱਟ ਗਿਆ। ਇਹਦੇ ਨਾਲ ਕੀ ਹੋਇਆ ਕਿ ਜਿਹੜਾ ਟੋਟਲ ਵਾਧਾ ਹੈ ਜਨਸੰਖਿਆ ਦੇ ਵਿੱਚ ਇਹ ਬਹੁਤ ਜ਼ਿਆਦਾ ਹੋਇਆ। ਸੋ ਜੇ ਆਪਾਂ ਗੱਲ ਕਰੀਏ ਇਸ ਸਟੇਜ ਦੀ ਤਾਂ ਭਾਰਤ ਜਿਹੜਾ ਇਸ ਸਟੇਜ ਦੇ ਵਿੱਚ ਸੀ ਪਰੰਤੂ ਹੌਲੀ ਹੌਲੀ ਅੱਗੇ ਜਾ ਰਿਹਾ ਹੈ। ਇਸ ਸਟੇਜ ਦੇ ਵਿੱਚ ਜਦੋਂ ਬਹੁਤ ਜ਼ਿਆਦਾ ਬਰਥ ਰੇਟ ਹੋਏਗਾ ਜਾਂ ਜਨਮ ਦਰ ਬਹੁਤ ਉੱਚੀ ਹੋਵੇਗੀ ਔਰ ਮੌਤ ਦਰ ਬਹੁਤ ਘੱਟ ਹੋਵੇਗੀ ਤਾਂ ਇਹਦਾ ਨਤੀਜਾ ਇਹ ਹੋਏਗਾ ਕਿ ਜਿਹੜੀ ਆਬਾਦੀ ਹੈ ਬਹੁਤ ਤੇਜ਼ੀ ਦੇ ਨਾਲ ਵਧੇਗੀ। ਆਬਾਦੀ ਬਹੁਤ ਤੇਜ਼ੀ ਨਾਲ ਵਧੇਗੀ ਔਰ ਇਸ ਸਟੇਜ ਨੂੰ ਆਪਾਂ ਇੱਕ ਨਾਮ ਵੀ ਦਿੱਤਾ ਹੋਇਆ ਪਾਪੂਲੇਸ਼ਨ ਐਕਸਪਲੋਜਨ ਜਾਂ ਜਨਸੰਖਿਆ ਵਿਸਫੋਟ। ਕਹਿਣ ਦਾ ਭਾਵ ਕਿ ਜਨਸੰਖਿਆ ਇੰਨੀ ਤੇਜ਼ੀ ਨਾਲ ਵਧੀ ਕਿ ਇਹਦੇ ਵਾਸਤੇ ਸੁੱਖ ਸਹੂਲਤਾਂ ਜਾਂ ਹੋਰ ਪ੍ਰਬੰਧ ਕਰਨੇ ਮੁਸ਼ਕਲ ਹੋ ਗਏ। ਸੋ ਜਿਹੜੀ ਦੂਜੀ ਸਟੇਜ ਹੈ ਭਾਰਤ ਇਹਦੇ ਵਿੱਚ ਸੀ ਪਰੰਤੂ ਹੌਲੀ ਹੌਲੀ ਅਸੀਂ ਇਹਦੇ ਵਿੱਚੋਂ ਅੱਗੇ ਲੰਘ ਰਹੇ ਹਾਂ, ਇਹ ਇੱਕ ਖੁਸ਼ੀ ਦਾ ਸੂਚਕ ਹੈ। ਸੋ ਪਹਿਲੇ ਪੜਾਅ ਦੇ ਵਿੱਚ ਦੇਖਿਆ ਸੀ ਹਾਈ ਬਰਥ ਰੇਟ ਹਾਈ ਡੈਥ ਰੇਟ, ਦੂਜੇ ਦੇ ਵਿੱਚ ਹਾਈ ਬਰਥ ਰੇਟ ਲੋ ਡੈਥ ਰੇਟ ਔਰ ਤੀਜੀ ਸਟੇਜ ਜਿਹੜੀ ਆ ਤੀਜੀ ਸਟੇਜ ਦੇ ਵਿੱਚ ਬਰਥ ਰੇਟ ਵੀ ਘੱਟ ਗਿਆ ਔਰ ਡੈਥ ਰੇਟ ਵੀ ਘੱਟ ਗਿਆ। ਜਿਹੜਾ ਜਨਮ ਦਰ ਸੀ ਇਹ ਵੀ ਘੱਟ ਗਈ ਕਿਉਂਕਿ ਲੋਕਾਂ ਨੂੰ ਅਵੇਅਰਨੈਸ ਹੋ ਗਈ, ਲੋਕ ਸਮਝਣ ਲੱਗ ਗਏ ਕਿ ਜਿਹੜਾ ਵੱਡਾ ਪਰਿਵਾਰ ਹੈ ਉਹ ਸੁਖੀ ਪਰਿਵਾਰ ਨਹੀਂ ਹੋ ਸਕਦਾ ਔਰ ਉਹਨਾਂ ਨੂੰ ਹੋਰ ਜਿਹੜੇ ਸੁੱਖ ਨੇ ਉਹ ਵੀ ਦੇਖ ਕੇ ਉਹਨਾਂ ਦੇਖਿਆ ਕਿ ਜਿਹੜੇ ਪਰਿਵਾਰ ਦਾ ਸਾਈਜ਼ ਹੈ ਆਕਾਰ ਹੈ ਉਹ ਛੋਟਾ ਹੋਣਾ ਚਾਹੀਦਾ। ਇਹਦੇ ਨਾਲ ਹੀ ਨਾਲ ਸੁੱਖ ਸਹੂਲਤਾਂ ਤਾਂ ਆ ਰਹੀਆਂ ਸੀ, ਜਿਹੜੀਆਂ ਹੈਲਥ ਫੈਸਿਲਿਟੀਜ਼ ਹੈ ਉਹ ਇੰਪਰੂਵ ਹੋ ਗਈਆਂ ਔਰ ਤੀਜੀ ਸਟੇਜ ਦੇ ਵਿੱਚ ਆਪਾਂ ਕੀ ਦੇਖਦੇ ਹਾਂ ਕਿ ਜਨਮ ਦਰ ਵੀ ਘੱਟ ਗਈ ਔਰ ਮੌਤ ਦਰ ਵੀ ਘੱਟ ਗਈ। ਇਹਦੇ ਵਿੱਚ ਕੀ ਹੁੰਦਾ ਕਿ ਜਿਹੜਾ ਜਨਸੰਖਿਆ ਦਾ ਵਾਧਾ ਹੈ ਇਹ ਜਾਂ ਤਾਂ ਸਟੇਬਲ ਹੋ ਗਿਆ ਸਥਿਰ ਹੋ ਗਿਆ ਜਾਂ ਫਿਰ ਘਟਣ ਲੱਗ ਪਿਆ। ਸੋ ਇੱਥੇ ਅਸੀਂ ਹੋਰ ਕੀ ਦੇਖਿਆ ਕਿ ਜਦੋਂ ਪਰਿਵਾਰ ਦਾ ਸਾਈਜ਼ ਆਕਾਰ ਛੋਟਾ ਹੋ ਗਿਆ ਤਾਂ ਜਿਹੜਾ ਸਮਾਜ ਹੈ ਉਹਦੇ ਵਿੱਚ ਤਰੱਕੀ ਆਉਣੀ ਤਰੱਕੀ ਦਿਖਣੀ ਸ਼ੁਰੂ ਹੋ ਗਈ। ਟੈਕਨੋਲੋਜੀਕਲ ਜਾਂ ਤਕਨੀਕੀ ਵਿਕਾਸ ਜਿਹੜਾ ਉਹ ਹੋਇਆ ਸਮਾਜਿਕ ਵਿਕਾਸ ਦੇ ਨਾਲ ਨਾਲ ਹੋਰ ਜਿਹੜੇ ਸਿੱਖਿਆ ਜਾਂ ਸਾਖਰਤਾ ਦਰ ਹੈ ਇਹ ਵੀ ਕਾਫੀ ਵੱਧ ਗਈ। ਇਹਦੇ ਵਧਣ ਦੇ ਨਾਲ ਲੋਕਾਂ 'ਚ ਸਮਝ ਆਈ ਔਰ ਇਹ ਸੋਝੀ ਨਾਲ ਫਰਦਰ ਜਨਮ ਦਰ ਵੀ ਘਟੀ ਔਰ ਸਿਹਤ ਸਹੂਲਤਾਂ ਦੇ ਨਾਲ ਨਾਲ ਜਿਹੜਾ ਲੋਕਾਂ ਦੀ ਸਿਹਤ ਵਿੱਚ ਸੁਧਾਰ ਆਉਣ ਕਰਕੇ ਮੌਤ ਦਰ ਘਟੀ। ਇਸ ਕਰਕੇ ਤੀਜੀ ਸਟੇਜ ਜਾਂ ਤੀਜਾ ਪੜਾਅ ਜਿਹੜਾ ਹੈ ਜਨਸੰਖਿਆ ਪਰਿਵਰਤਨ ਦਾ ਇਹਦੇ ਵਿੱਚ ਜਨਮ ਦਰ ਅਤੇ ਮੌਤ ਦਰ ਘਟਣ ਦੇ ਨਾਲ ਨਾਲ ਓਵਰਆਲ ਜਾਂ ਆਲਰਾਊਂਡ ਡਿਵੈਲਪਮੈਂਟ ਜਿਹੜੀ ਆ ਉਹ ਸ਼ੁਰੂ ਹੋ ਗਈ। ਜੇ ਆਪਾਂ ਇਹ ਦੇਖੀਏ ਯੂ ਐੱਸ ਏ ਕੈਨੇਡਾ ਯੂਰਪ ਪੁਰਾਣਾ ਸੋਵੀਅਤ ਸੰਘ ਜਪਾਨ ਆਸਟ੍ਰੇਲੀਆ ਨਿਊਜ਼ੀਲੈਂਡ ਉਹ ਸਾਰੇ ਹੀ ਇਸ ਪੜਾਅ 'ਤੇ ਹਨ। ਮਤਲਬ ਇਹ ਤੀਜਾ ਪੜਾਅ ਜਿਹਦੇ ਵਿੱਚ ਆਪਾਂ ਦੂਜੇ ਪੜਾਅ ਤੋਂ ਬਾਅਦ ਆਏ ਸੀ ਜਨਸੰਖਿਆ ਵਿਸਫੋਟ ਤੋਂ ਬਾਅਦ ਅਸੀਂ ਇੱਥੇ ਪਹੁੰਚੇ ਸੀ। ਜਨਸੰਖਿਆ ਵਿਸਫੋਟ ਜਿਹੜਾ ਪੜਾਅ ਆ ਉਹ ਸਭ ਤੋਂ ਖਤਰਨਾਕ ਪੜਾਅ ਹੈ ਜਨਸੰਖਿਆ ਦੇ ਪਰਿਵਰਤਨ ਦਾ। ਸੋ ਤੀਜੇ ਪੜਾਅ ਦੇ ਵਿੱਚ ਆਪਾਂ ਇਸ 'ਚੋਂ ਨਿਕਲ ਕੇ ਬਾਹਰ ਆ ਗਏ ਔਰ ਲੋਕਾਂ ਨੂੰ ਜਿਹੜੇ ਸੁੱਖ ਸਹੂਲਤਾਂ ਆ ਉਹ ਵਧੀਆ ਮਿਲੀਆਂ, ਲੋਕਾਂ ਦਾ ਜਿਹੜਾ ਜੀਵਨ ਹੈ ਸੁਖਾਲਾ ਹੋਇਆ। ਸੋ ਹੁਣ ਅਸੀਂ ਦੇਖਿਆ ਕਿ ਇਹ ਜਿਹੜੀ ਥਿਊਰੀ ਹੈ ਸਿਧਾਂਤ ਹੈ ਜਿਹੜਾ ਬਲੈਕਰ ਨੋਟਸਟੀਨ ਅਤੇ ਥੋਮਸਨ ਨੇ ਦਿੱਤਾ ਇਹਦੇ ਵਿੱਚ ਆਪਾਂ ਨੇ ਪੰਜ ਸਟੇਜਾਂ ਦੀ ਬਜਾਏ ਤਿੰਨ ਸਟੇਜਾਂ ਸਟੱਡੀ ਕੀਤੀਆਂ, ਪਹਿਲੀ ਦੂਜੀ ਅਤੇ ਤੀਜੀ, ਪਹਿਲਾ ਪੜਾਅ ਦੂਜਾ ਪੜਾਅ ਤੀਜਾ ਪੜਾਅ। ਪਹਿਲੇ ਪੜਾਅ ਦੇ ਵਿੱਚ ਹਾਈ ਬਰਥ ਰੇਟ ਹਾਈ ਡੈਥ ਰੇਟ ਸਨ, ਇਹਦਾ ਮਤਲਬ ਕਿ ਪਾਪੂਲੇਸ਼ਨ ਦੀ ਅਸਥਿਰਤਾ ਹੈ, ਬਹੁਤ ਜ਼ਿਆਦਾ ਜਨਮ ਹੋ ਰਹੇ ਸੀ ਬਹੁਤ ਜ਼ਿਆਦਾ ਮੌਤਾਂ ਹੋ ਰਹੀਆਂ ਸੀ ਔਰ ਓਵਰਆਲ ਜਿਹੜੀ ਪਾਪੂਲੇਸ਼ਨ ਹੈ ਜਾਂ ਜਨਸੰਖਿਆ ਇਹ ਜ਼ਿਆਦਾ ਨਹੀਂ ਵਧੀ ਸੀ। ਦੂਜੇ ਪੜਾਅ ਦੇ ਵਿੱਚ ਆਪਾਂ ਦੇਖਿਆ ਕਿ ਜਿਹੜਾ ਬਰਥ ਰੇਟ ਹੈ ਇਹ ਤਾਂ ਹਾਈ ਰਿਹਾ, ਡੈਥ ਰੇਟ ਘੱਟ ਗਿਆ। ਸੋ ਇਹਦਾ ਉਲਟਾ ਅਸਰ ਪਿਆ ਕਿ ਜਨਸੰਖਿਆ ਜਿਹੜੀ ਹੈ ਬਹੁਤ ਤੇਜ਼ੀ ਨਾਲ ਇਕੱਤਰ ਵਧਣੀ ਸ਼ੁਰੂ ਹੋ ਗਈ। ਸੋ ਤੀਜੀ ਸਟੇਜ ਦੇ ਵਿੱਚ ਬਰਥ ਰੇਟ ਅਤੇ ਡੈਥ ਰੇਟ ਦੋਨੋਂ ਸਟੇਬਲ ਹੋ ਗਏ, ਲੋਕਾਂ ਨੂੰ ਅਵੇਅਰਨੈਸ ਵੀ ਆ ਗਈ ਔਰ ਸਿਹਤ ਸਹੂਲਤਾਂ ਦੇ ਨਾਲ ਜਿਹੜੀ ਮੌਤ ਦਰ ਸੀ ਇਹ ਵੀ ਘਟੀ। ਸੋ ਤੀਜੀ ਜਿਹੜੀ ਸਟੇਜ ਹੈ ਦਿਸ ਇਜ਼ ਦਾ ਬੈਸਟ ਸਟੇਜ ਜਾਂ ਉਹ ਸਟੇਜ ਹੈ ਜਿਹਨੂੰ ਅਸੀਂ ਸਾਰੇ ਹੀ ਪ੍ਰਾਪਤ ਕਰਨਾ ਚਾਹੁੰਦੇ ਹਾਂ। ਸਾਰੇ ਦੇਸ਼ ਤੀਜੇ ਪੜਾਅ ਵਿੱਚ ਜਾਣਾ ਚਾਹੁੰਦੇ ਨੇ ਜਨਸੰਖਿਆ ਦੇ ਤੀਜੇ ਪੜਾਅ 'ਚ ਤਾਂ ਕਿ ਉਹਨਾਂ ਦਾ ਜਿਹੜਾ ਸਮਾਜਿਕ ਅਤੇ ਆਰਥਿਕ ਵਿਕਾਸ ਜਿਹੜਾ ਬਹੁਤ ਅੱਛਾ ਹੋ ਸਕੇ। ਸੋ ਪਿਆਰੇ ਵਿਦਿਆਰਥੀਓ ਇਹ ਸਨ ਜਨਸੰਖਿਆ ਪਰਿਵਰਤਨ ਦੇ ਸਿਧਾਂਤ ਦੀਆਂ ਤਿੰਨ ਸਟੇਜਾਂ ਜਾਂ ਤਿੰਨ ਪੜਾਅ। ਹੁਣ ਦੂਜਾ ਜਿਹੜਾ ਵਿਸ਼ਾ ਅੱਜ ਦਾ ਉਹ ਹੈ ਹਿਊਮਨ ਡਿਵੈਲਪਮੈਂਟ, ਮਨੁੱਖੀ ਵਿਕਾਸ। ਇਹ ਵੀ ਇੱਕ ਬੜਾ ਭਖਦਾ ਹੋਇਆ ਮਸਲਾ ਹੈ
ਅਸੀਂ ਆਮ ਤੌਰ ਤੇ ਦੇਖਦੇ ਹਾਂ ਜਾਂ ਆਪਣੇ ਪਿੰਡਾਂ 'ਚ ਜਾਂ ਸ਼ਹਿਰਾਂ 'ਚ ਦੇਖਦੇ ਹਾਂ ਕਿ ਫਲਾਣਾ ਆਦਮੀ ਬਹੁਤ ਅਮੀਰ ਹੋ ਗਿਆ, ਉਹਦੇ ਕੋਲ ਬਹੁਤ ਪੈਸਾ ਆ ਗਿਆ, ਬੜੀਆਂ ਗੱਡੀਆਂ ਆ ਗਈਆਂ, ਤੇ ਉਹ ਪੂਰਾ ਡਿਵੈਲਪ ਹੈ ਜਾਂ ਪੂਰਾ ਖੁਸ਼ ਹੈ। ਜੇ ਅਸੀਂ ਇਸ 'ਤੇ ਵਿਚਾਰ ਕਰੀਏ ਤਾਂ ਸਾਨੂੰ ਪਤਾ ਲੱਗੇਗਾ ਕਿ ਜ਼ਰੂਰੀ ਨਹੀਂ ਹੈ ਕਿ ਜਿਹਦੇ ਕੋਲ ਪੈਸਾ ਆ ਗਿਆ ਜਾਂ ਕੁਝ ਸੁੱਖ ਸਹੂਲਤਾਂ ਆ ਗਈਆਂ ਉਹ ਬੜਾ ਹੀ ਸੁਖੀ ਆਦਮੀ ਹੋਵੇਗਾ, ਜਾਂ ਅਸੀਂ ਕਹਿ ਦਈਏ ਉਹਦਾ ਵਿਕਾਸ ਹੋ ਗਿਆ। ਵਿਕਾਸ ਇਸ ਤਰ੍ਹਾਂ ਨਹੀਂ ਮੰਨਿਆ ਜਾਂਦਾ। ਦੋ ਚੀਜ਼ਾਂ ਸਾਡੇ ਸਾਹਮਣੇ ਆਉਂਦੀਆਂ ਜੋ ਵਿਕਾਸ ਦੀ ਗੱਲ ਕਰਦੇ ਹਾਂ, ਵਾਧਾ ਅਤੇ ਵਿਕਾਸ। ਵਾਧਾ ਕੀ ਹੈ? ਕਿਸੇ ਚੀਜ਼ ਦਾ ਵਧਣਾ ਜਾਂ ਘਟਣਾ, ਇਹ ਇੱਕ ਕੁਆਂਟੀਟੇਟਿਵ ਟਰਮ ਹੈ ਜਿਹਨੂੰ ਅਸੀਂ ਮਿਣ ਸਕਦੇ ਹਾਂ, ਗਿਣ ਸਕਦੇ ਹਾਂ, ਤੋਲ ਸਕਦੇ ਹਾਂ। ਦਿਸ ਇਜ਼ ਕੁਆਂਟੀਟੇਟਿਵ ਟਰਮ, ਵਾਧਾ। ਦੂਜੇ ਪਾਸੇ ਵਿਕਾਸ ਜਿਹੜਾ ਇਹ ਕੁਆਲੀਟੇਟਿਵ ਟਰਮ ਹੈ। ਇਹ ਵਿਕਾਸ ਨੈਗੇਟਿਵ ਨਹੀਂ ਹੋਏਗਾ, ਜਿਹੜਾ ਵਾਧਾ ਹੈ, ਵਾਧਾ ਨੈਗੇਟਿਵ ਵੀ ਹੋ ਸਕਦਾ, ਪੋਜ਼ਿਟਿਵ ਵੀ ਹੋ ਸਕਦਾ, ਧਨਾਤਮਕ ਵੀ ਹੋ ਸਕਦਾ, ਰਿਣਾਤਮਕ ਵੀ ਹੋ ਸਕਦਾ। ਪਰੰਤੂ ਜੇ ਵਿਕਾਸ ਦੀ ਗੱਲ ਕਰਦੇ ਹਾਂ ਤਾਂ ਵਿਕਾਸ ਜਿਹੜਾ ਹੈ ਉਹ ਸਮੂਹ ਤੱਤਾਂ ਨੂੰ ਲੈ ਕੇ ਉਹਦਾ ਜਿਹੜਾ ਰਿਜ਼ਲਟ ਹੈ ਉਹਦਾ ਨਤੀਜਾ ਹੈ, ਔਰ ਉਹ ਨੈਗੇਟਿਵ ਨਹੀਂ ਹੁੰਦਾ। ਵਿਕਾਸ ਹਮੇਸ਼ਾ ਹੀ ਪੋਜ਼ਿਟਿਵ ਹੁੰਦਾ ਹੈ ਜਾਂ ਧਨਾਤਮਕ ਲਿਆ ਜਾਂਦਾ ਹੈ। ਜੇ ਆਪਾਂ ਗੱਲ ਕਰੀਏ ਪੁਰਾਣੇ ਸਮੇਂ ਦੀ ਜਾਂ ਅੱਜ ਤੋਂ ਕੋਈ 26-27 ਸਾਲ ਪਹਿਲਾਂ, 1990 ਤੋਂ ਪਹਿਲਾਂ, ਅਸੀਂ ਦੇਸ਼ ਦੇ ਵਿਕਾਸ ਨੂੰ ਕੀ ਸਮਝਦੇ ਸੀ? ਕਿ ਜਿਹੜੇ ਦੇਸ਼ ਦੀ ਜਾਂ ਦੇਸ਼ ਦੇ ਲੋਕਾਂ ਦੀ ਆਮਦਨ ਜ਼ਿਆਦਾ ਹੈ ਉਹ ਦੇਸ਼ ਜਿਹੜਾ ਆ ਬਹੁਤ ਵਿਕਸਿਤ ਹੈ। ਕੀ ਇਹ ਸੱਚ ਹੈ? ਬਿਲਕੁਲ ਨਹੀਂ। ਸਿਰਫ ਇਕਨੋਮਿਕ ਜਾਂ ਆਰਥਿਕ ਪਹਿਲੂ ਨੂੰ ਦੇਖ ਲੈਣਾ ਔਰ ਇਹ ਅੰਦਾਜ਼ਾ ਲਾ ਲੈਣਾ ਕਿ ਲੋਕ ਉੱਥੋਂ ਦੇ ਲੋਕਾਂ ਦਾ ਬਹੁਤ ਵਿਕਾਸ ਹੋਇਆ ਹੈ, ਇਹ ਠੀਕ ਨਹੀਂ ਹੋਵੇਗਾ। ਇਹ ਜਿਹੜਾ ਕੰਸੈਪਟ ਹੈ ਜਾਂ ਧਾਰਨਾ ਹੈ ਮਨੁੱਖੀ ਵਿਕਾਸ ਦੀ, ਇਹਦੇ ਵਿੱਚ ਤਿੰਨ ਚੀਜ਼ਾਂ ਆਉਂਦੀਆਂ ਨੇ, ਜਾਂ ਆਪਾਂ ਇਹ ਕਹਿ ਲਈਏ ਕਿ ਇਹਦੇ ਮਹੱਤਵਪੂਰਨ ਪਹਿਲੂ ਤਿੰਨ ਨੇ। ਲੋਕਾਂ ਦੇ ਜੀਵਨ ਦੀ ਗੁਣਵੱਤਾ, ਵੀ ਜਿਹੜੇ ਲੋਕ ਨੇ ਉਹਨਾਂ ਦਾ ਜੀਵਨ ਜਿਹੜਾ ਉਹ ਕਿੰਨਾ ਕੁ ਕੁਆਲਿਟੀ ਭਰਿਆ, ਗੁਣਾਂ ਵਾਲਾ ਭਰਿਆ ਹੋਇਆ। ਦੂਜਾ ਜਿਹੜਾ ਪਹਿਲੂ ਹੈ, ਲੋਕਾਂ ਕੋਲ ਮੌਕਿਆਂ ਦਾ ਹੋਣਾ। ਤੀਜਾ, ਲੋਕਾਂ ਦੁਆਰਾ ਆਜ਼ਾਦੀ ਜਾਂ ਖੁੱਲ੍ਹ ਨੂੰ ਮੰਨਣਾ। ਇਹ ਮੁੱਖ ਤੌਰ 'ਤੇ ਤਿੰਨ ਪਹਿਲੂ ਨੇ ਜਿਹੜੇ ਸਾਨੂੰ ਕਿਸੇ ਸਮਾਜ ਜਾਂ ਦੇਸ਼ ਦੇ ਵਿਕਾਸ ਬਾਰੇ ਦੱਸਦੇ ਨੇ। ਜੇ ਗੱਲ ਕਰੀਏ ਲੋਕਾਂ ਦੇ ਜੀਵਨ ਗੁਣਵੱਤਾ ਦੀ, ਇਹ ਦੇਖਣਾ ਕਿ ਕੀ ਲੋਕ ਇਕੱਲੇ ਆਰਥਿਕ ਤੌਰ 'ਤੇ ਹੀ ਵਿਕਸਿਤ ਹਨ, ਜਾਂ ਲੋਕਾਂ ਕੋਲ ਵਿੱਦਿਆ ਵੀ ਹੈ, ਜਾਂ ਲੋਕਾਂ ਕੋਲ ਸੁੱਖ ਸਹੂਲਤਾਂ ਵੀ ਨੇ, ਜਾਂ ਲੋਕਾਂ ਦੇ ਕੋਲ ਉਹ ਗੁਣ ਵੀ ਨੇ ਜਿਹੜੇ ਪੈਸੇ ਤੋਂ ਬਿਨਾਂ ਹੋਰ ਹੁੰਦੇ ਨੇ। ਸੋ ਜੇ ਇਹ ਗੁਣ ਹਨ, ਜੇ ਜੀਵਨ ਗੁਣਾਂ ਭਰਪੂਰ ਹੈ, ਤਾਂ ਅਸੀਂ ਕਹਾਂਗੇ ਕਿ ਅਸੀਂ ਵਿਕਾਸ ਵੱਲ ਜਾ ਰਹੇ ਹਾਂ। ਇਸੇ ਤਰ੍ਹਾਂ ਹੀ ਲੋਕਾਂ ਕੋਲ ਮੌਕੇ ਕਿੰਨੇ ਕੁ ਹੈ, ਜਿਹੜੇ ਲੋਕ ਨੇ ਜਾਂ ਦੇਸ਼ ਦੇ ਨਾਗਰਿਕ ਨੇ ਉਹਨਾਂ ਕੋਲ ਕਿੰਨੇ ਕੁ ਮੌਕੇ ਨੇ ਆਪਣੇ ਆਪ ਨੂੰ ਵਿਕਸਿਤ ਕਰਨ ਦੇ, ਗਿਆਨ ਪ੍ਰਾਪਤ ਕਰਨ ਦੇ, ਆਪਣੀ ਮਰਜ਼ੀ ਦਾ ਰੁਜ਼ਗਾਰ ਪ੍ਰਾਪਤ ਕਰਨ ਦੇ, ਜਾਂ ਆਪਣੇ ਆਪ ਨੂੰ ਵਿਕਾਸ ਦੇ ਰਾਹ 'ਤੇ ਲਿਆਉਣ ਦੇ, ਲੋਕਾਂ ਦੇ ਕੋਲ ਕਿੰਨੇ ਕੁ ਓਪਰਚੁਨਿਟੀਜ਼ ਜਾਂ ਮੌਕੇ ਨੇ। ਸੋ ਤੀਜਾ ਪਹਿਲੂ ਜਿਹੜਾ ਲੋਕਾਂ ਦੁਆਰਾ ਆਜ਼ਾਦੀ ਜਾਂ ਖੁੱਲ੍ਹ ਨੂੰ ਮੰਨਣਾ, ਇਹ ਆਜ਼ਾਦੀ ਜਾਂ ਖੁੱਲ੍ਹ ਦਾ ਕੀ ਮਤਲਬ ਹੈ? ਆਜ਼ਾਦੀ ਜਾਂ ਖੁੱਲ੍ਹ ਦਾ ਮਤਲਬ ਹੈ ਕਿ ਸਾਨੂੰ ਕਿੰਨੀ ਕੁ ਆਜ਼ਾਦੀ ਹੈ ਆਪਣਾ ਸਮਾਜਿਕ ਰੁਤਬਾ ਉੱਚਾ ਕਰਨ ਦੀ, ਸਾਨੂੰ ਕਿੰਨੀ ਕੁ ਆਜ਼ਾਦੀ ਹੈ ਆਪਣਾ ਆਰਥਿਕ ਰੁਤਬਾ ਉੱਚਾ ਕਰਨ ਦੀ, ਜਾਂ ਆਪਣੀ ਮਰਜ਼ੀ ਨਾਲ ਜੀਵਨ ਜਿਉਣ ਦੀ ਸਾਨੂੰ ਕਿੰਨੀ ਕੁ ਖੁੱਲ੍ਹ ਹੈ। ਸੋ ਤਿੰਨ ਜਿਹੜੇ ਪਹਿਲੂ ਨੇ ਬੜੇ ਮਹੱਤਵਪੂਰਨ ਨੇ ਜਦੋਂ ਅਸੀਂ ਮਨੁੱਖੀ ਵਿਕਾਸ ਦੀ ਗੱਲ ਕਰਦੇ ਹਾਂ। ਲੋਕਾਂ ਦੇ ਜੀਵਨ ਦੀ ਗੁਣਵੱਤਾ, ਗੁਣਾ ਭਰਪੂਰ ਜੀਵਨ, ਦੂਜਾ ਮੌਕਿਆਂ ਦਾ ਹੋਣਾ, ਤੀਜਾ ਆਜ਼ਾਦੀ ਜਾਂ ਖੁੱਲ੍ਹ ਹੋਣਾ ਆਪਣੇ ਆਪ ਨੂੰ ਵਿਕਾਸ ਦੇ ਰਾਹਾਂ 'ਤੇ ਲਿਆਉਣ ਲਈ। ਸੋ ਇਹ ਦੋ ਸਾਡੇ ਕੋਲ ਵਿਦਵਾਨ ਨੇ, ਡਾਕਟਰ ਮਹਿਬੂਬੁਲ ਹੱਕ ਅਤੇ ਡਾਕਟਰ ਅਮ੍ਰਿਤਿਆ ਸੈਨ। ਡਾਕਟਰ ਮਹਿਬੂਬੁਲ ਹੱਕ ਪਾਕਿਸਤਾਨ ਦੇ ਨੇ ਔਰ ਡਾਕਟਰ ਅਮ੍ਰਿਤਿਆ ਸੈਨ ਜਿਹੜੇ ਨੋਬਲ ਪ੍ਰਾਈਜ਼ ਵਿਨਰ ਨੇ ਇੰਡੀਆ ਦੇ, ਉਹਨਾਂ ਨੇ ਮਨੁੱਖੀ ਵਿਕਾਸ ਸੂਚਕ ਅੰਕ ਦਾ ਸਿਧਾਂਤ ਦਿੱਤਾ ਔਰ ਇਹਨਾਂ ਨੇ ਕੀ ਦੱਸਿਆ ਕਿ ਵਿਕਾਸ ਦਾ ਜਿਹੜਾ ਮੁੱਖ ਉਦੇਸ਼ ਹੈ ਇਹ ਕੀ ਆ? ਇਹੋ ਜਿਹੀਆਂ ਹਾਲਤਾਂ ਦਾ ਨਿਰਮਾਣ ਕਰਨਾ ਹੈ ਜਿੱਥੇ ਲੋਕ ਸਾਰਥਿਕ ਜ਼ਿੰਦਗੀ ਗੁਜ਼ਾਰ ਸਕਣ ਅਤੇ ਆਪਣੇ ਮਿੱਥੇ ਨਿਸ਼ਾਨਿਆਂ ਦੀ ਪ੍ਰਾਪਤੀ ਕਰਨ ਦੇ ਯੋਗ ਹੋ ਸਕਣ। ਸੋ ਆਪਣੇ ਜੀਵਨ ਨੂੰ ਕੁਛ ਮੀਨਿੰਗਫੁੱਲ, ਮਤਲਬ ਭਰਿਆ ਬਣਾ ਸਕਣ, ਇਹ ਮਨੁੱਖੀ ਵਿਕਾਸ ਦਾ ਉਦੇਸ਼ ਹੈ। ਮਨੁੱਖੀ ਵਿਕਾਸ ਦੇ ਮਹੱਤਵਪੂਰਨ ਪਹਿਲੂ ਇਹਨਾਂ ਦੇ ਅਨੁਸਾਰ ਹਨ: ਲੰਬਾ ਅਤੇ ਸਿਹਤਮੰਦ ਜੀਵਨ, ਲੌਂਗ ਅਤੇ ਹੈਲਦੀ ਲਾਈਫ, ਗਿਆਨ ਦੀ ਪ੍ਰਾਪਤੀ ਲਈ ਯੋਗਤਾ ਹਾਸਲ ਕਰਨਾ, ਔਰ ਤੀਜਾ ਹੈ ਖੂਬਸੂਰਤ ਜ਼ਿੰਦਗੀ ਗੁਜ਼ਾਰਨ ਲਈ ਉਚਿਤ ਸਾਧਨਾ ਦਾ ਹੋਣਾ। ਸੋ ਤਿੰਨ ਪਹਿਲੂ ਇਹਨਾਂ ਦੇ ਅਨੁਸਾਰ ਵੀ ਦਿੱਤੇ ਗਏ। ਲੰਬਾ ਅਤੇ ਸਿਹਤਮੰਦ ਜੀਵਨ,
ਲੰਬਾ ਤੇ ਸਿਹਤਮੰਦ ਜੀਵਨ ਕਿਵੇਂ ਹੋਵੇਗਾ, ਜੀਵਨ ਲੰਬਾ ਕਿਵੇਂ ਹੋ ਸਕਦਾ ਹੈ ਜਾਂ ਅੱਛੀ ਸਿਹਤ ਵਾਲਾ ਕਿਵੇਂ ਹੋ ਸਕਦਾ ਹੈ, ਜੇ ਸਾਡੇ ਕੋਲ ਸਿਹਤ ਸਹੂਲਤਾਂ ਬਹੁਤ ਅੱਛੀਆਂ ਹੋਣ, ਦਿਮਾਗੀ ਪਰੇਸ਼ਾਨੀਆਂ ਨਾ ਹੋਣ ਔਰ ਜੀਵਨ ਵਿੱਚ ਅਸੀਂ ਆਪਣੇ ਕੰਮ ਦੇ ਨਾਲ ਸੰਤੁਸ਼ਟ ਹੋਈਏ ਤੋ ਤਾਂ ਹੀ ਲੰਬਾ ਤੇ ਸਿਹਤਮੰਦ ਜੀਵਨ ਹੋ ਸਕਦਾ ਹੈ। ਗਿਆਨ ਦੀ ਪ੍ਰਾਪਤੀ ਲਈ ਯੋਗਤਾ ਹਾਸਲ ਕਰਨਾ, ਸਾਡੇ ਕੋਲ ਕਿੰਨੀ ਕੁ ਅਬਿਲਿਟੀ ਹੈ ਅਸੀਂ ਗਿਆਨ ਪ੍ਰਾਪਤ ਕਰ ਸਕੀਏ, ਕੀ ਅਸੀਂ ਉਹ ਗਿਆਨ ਪ੍ਰਾਪਤ ਕਰਨ ਦੇ ਯੋਗ ਹੈ ਕਿ ਨਹੀਂ ਹੈ। ਜੇ ਨਹੀਂ ਆ ਇਹਦਾ ਮਤਲਬ ਅਸੀਂ ਵਿਕਾਸ ਵੱਲ ਨਹੀਂ ਜਾ ਰਹੇ। ਸੋ ਤੀਜਾ ਜਿਹੜਾ ਪਹਿਲੂ ਹੈ, ਖੂਬਸੂਰਤ ਜ਼ਿੰਦਗੀ ਗੁਜ਼ਾਰਨ ਲਈ ਉਚਿਤ ਸਾਧਨਾਂ ਦਾ ਹੋਣਾ, ਸਾਡੇ ਕੋਲ ਕਿੰਨੇ ਕੁ ਸਾਧਨ ਨੇ ਕਿ ਅਸੀਂ ਆਪਣੀ ਸ਼ਾਨਦਾਰ ਜ਼ਿੰਦਗੀ ਜਿਹੜੀ ਜੀਉ ਸਕੀਏ। ਸੋ ਮਨੁੱਖੀ ਵਿਕਾਸ ਦੇ ਵਿੱਚ ਆਪਾਂ ਜੋ ਦੇਖ ਰਹੇ ਹਾਂ ਉਹਦੇ ਵਿੱਚ ਤਿੰਨ ਪੁਆਇੰਟ ਸਾਹਮਣੇ ਆਏ ਨੇ, ਲੰਬਾ ਅਤੇ ਸਿਹਤਮੰਦ ਜੀਵਨ, ਲੌਂਗ ਲਾਈਫ ਹੋਣੀ ਚਾਹੀਦੀ ਬੰਦੇ ਦੀ ਔਰ ਤੰਦਰੁਸਤੀ ਵਾਲੀ ਹੋਣੀ ਚਾਹੀਦੀ ਆ, ਗਿਆਨ ਦੀ ਪ੍ਰਾਪਤੀ ਲਈ ਸਾਡੇ ਕੋਲ ਯੋਗਤਾ ਹੋਣੀ ਚਾਹੀਦੀ ਕਿ ਅਸੀਂ ਗਿਆਨ ਪ੍ਰਾਪਤ ਕਰ ਸਕੀਏ ਔਰ ਸਾਡੇ ਕੋਲ ਇੰਨੇ ਕੁ ਸਾਧਨ ਹੋਣ ਕਿ ਅਸੀਂ ਆਪਣਾ ਸ਼ਾਨਦਾਰ ਜਿਹੜਾ ਜੀਵਨ ਆ ਜੀਉ ਸਕੀਏ। ਸੋ ਇਹਦੇ ਵਿੱਚ ਆਪਾਂ ਕਿਤੇ ਨਹੀਂ ਦੇਖਿਆ ਕਿ ਸਾਡੇ ਕੋਲ ਜਿਹੜਾ ਸਾਡਾ ਆਰਥਿਕ ਜੀਵਨ ਬੜਾ ਉੱਚਾ ਹੋਣਾ ਚਾਹੀਦਾ, ਸਾਡੀ ਜਿਹੜੀ ਆਮਦਨ ਹੈ ਬਹੁਤ ਵਧੀਆ ਹੋਣੀ ਚਾਹੀਦੀ ਹੈ ਅਤੇ ਸਾਡੇ ਕੋਲ ਗੱਡੀਆਂ ਜਾਂ ਹੋਰ ਸੁੱਖ ਸਾਧਨ ਹੋਣੇ ਚਾਹੀਦੇ ਆ, ਇਹ 'ਚ ਉਹ ਕਿਤੇ ਨਹੀਂ ਆਇਆ। ਸਿਰਫ ਜਨਰਲਾਈਜ਼ ਕੀਤਾ ਗਿਆ ਇਹਨੂੰ ਜਿਹਦੇ ਵਿੱਚ ਇਹ ਦੱਸਿਆ ਗਿਆ ਕਿ ਅੱਛਾ ਜੀਵਨ, ਯੋਗਤਾ ਹਾਸਲ ਕਰਨ ਲਈ, ਗਿਆਨ ਦੀ ਪ੍ਰਾਪਤੀ ਕਰਨ ਲਈ ਯੋਗਤਾ ਜਾਂ ਅਬਿਲਿਟੀ ਔਰ ਉਚਿਤ ਸਾਧਨ ਹੋਣਾ ਤਾਂ ਕਿ ਅਸੀਂ ਆਪਣਾ ਜੀਵਨ ਜਿਹੜਾ ਵਧੀਆ ਤਰ੍ਹਾਂ ਜੀਉ ਸਕੀਏ। ਆਹ ਸਲਾਈਡ ਦੇ ਵਿੱਚ ਆਪਣੇ ਕੋਲ ਹਿਊਮਨ ਡਿਵੈਲਪਮੈਂਟ ਇੰਡੈਕਸ ਦੇ ਕੁਛ ਇੰਡੀਕੇਟਰ ਦਿੱਤੇ ਹੋਏ ਨੇ, ਤਿੰਨ ਜਿਹੜੀਆਂ ਦਿਸ਼ਾਵਾਂ ਦੱਸੀਆਂ ਨੇ ਜਿਹਦੇ ਵਿੱਚ ਹੈਲਥ ਜਾਂ ਸਿਹਤ, ਐਜੂਕੇਸ਼ਨ ਜਾਂ ਵਿੱਦਿਆ, ਲਿਵਿੰਗ ਸਟੈਂਡਰਡ ਸਾਡੇ ਜੀਵਨ ਦਾ ਜਿਹੜਾ ਪੱਧਰ ਹੈ ਉਹ, ਔਰ ਚਾਰ ਇੰਡੀਕੇਟਰ ਨੇ ਲਾਈਫ ਐਕਸਪੈਕਟੈਂਸੀ ਐਟ ਬਰਥ, ਜੀਵਨ ਵੇਲੇ ਸਾਡੀ ਜਿਹੜਾ ਸਹੂਲਤਾਂ ਨੇ ਕਿਹੋ ਜਿਹੀਆਂ ਨੇ, ਜਿਹੜੇ ਬੱਚੇ ਬਰਥ ਲੈ ਰਹੇ ਨੇ ਉਹ ਕਿਤੇ ਨਾਲ ਦੀ ਨਾਲ ਉਹਨਾਂ ਨੂੰ ਕੋਈ ਮੈਡੀਕਲ ਪ੍ਰੋਬਲਮ ਜਾਂ ਹੋਰ ਮੁਸ਼ਕਲਾਂ ਤਾਂ ਨਹੀਂ ਆ ਰਹੀਆਂ। ਸੋ ਦੂਜਾ ਸਕੂਲਿੰਗ ਬਾਰੇ ਵਿੱਚ ਹੈ, ਐਜੂਕੇਸ਼ਨ ਪ੍ਰਾਪਤ ਕਰਨ ਦੇ ਬਾਰੇ ਵਿੱਚ ਹੈ ਕਿ ਸਕੂਲ ਦੇ ਵਿੱਚ ਇੱਕ ਵਿਦਿਆਰਥੀ ਜਾਂ ਇੱਕ ਇਨਸਾਨ ਕਿੰਨੇ ਸਾਲ ਲਾਉਂਦਾ ਅਤੇ ਕਿੰਨੇ ਸਾਲ ਉਹਨੂੰ ਲਾਉਣੇ ਚਾਹੀਦੇ ਹੈ। ਚੌਥਾ ਇੰਡੀਕੇਟਰ ਹੈ ਗ੍ਰਾਸ ਨੈਸ਼ਨਲ ਇਨਕਮ ਪਰ ਕੈਪੀਟਾ, ਪਰ ਕੈਪੀਟਾ ਹੁੰਦੀ ਹੈ ਪ੍ਰਤੀ ਵਿਅਕਤੀ ਆਮਦਨ। ਸੋ ਇੱਥੇ ਅਸੀਂ ਇਹਨੂੰ ਵੀ ਇੰਡੀਕੇਟਰ ਲਿਆ, ਇੱਕ ਮਾਪਦੰਡ ਲਿਆ ਹੈ ਮਨੁੱਖੀ ਵਿਕਾਸ ਨੂੰ ਮਾਪਣ ਵਾਸਤੇ। ਸੋ ਤਿੰਨ ਚੀਜ਼ਾਂ ਅਸੀਂ ਸਾਹਮਣੇ ਲਈਆਂ, ਥ੍ਰੀ ਡਾਇਮੈਂਸ਼ਨਸ, ਹੈਲਥ, ਐਜੂਕੇਸ਼ਨ ਅਤੇ ਲਿਵਿੰਗ ਸਟੈਂਡਰਡਸ, ਚਾਰ ਇੰਡੀਕੇਟਰ ਇੱਥੇ ਦਰਸਾਏ ਗਏ ਨੇ। ਇਸ ਤੋਂ ਇਲਾਵਾ ਹੋਰ ਵੀ ਇੰਡੀਕੇਟਰ ਬਹੁਤ ਨੇ, ਆਹ ਦੇਖੋ ਇਸ ਸਲਾਈਡ ਦੇ ਵਿੱਚ ਟੂਡੇਜ਼ ਐਂਡ ਫਿਊਚਰ ਜਨਰੇਸ਼ਨਸ ਨੂੰ ਕੀ ਚਾਹੀਦਾ ਹੈ, ਕੈਪੇਬਿਲਟੀਜ਼ ਐਂਡ ਅਪਰਚੁਨਿਟੀਜ਼ ਫਾਰ ਆਲ ਇੰਡੀਵਿਜੁਅਲਸ, ਸਾਡੇ ਕੋਲ ਉਹ ਕੁਸ਼ਮਤਾ ਔਰ ਉਹ ਮੌਕੇ ਸਾਰਿਆਂ ਵਾਸਤੇ ਚਾਹੀਦੇ ਆ, ਕਾਹਦੇ ਵਾਸਤੇ ਮੌਕੇ ਚਾਹੀਦੇ ਆ ਜਾਂ ਕੁਸ਼ਮਤਾ ਕਾਹਦੀ ਚਾਹੀਦੀ ਆ ਜਾਂ ਸਮਰੱਥਾ ਕਾਹਦੀ ਚਾਹੀਦੀ ਆ, ਜਿਵੇਂ ਗੁੱਡ ਹੈਲਥ ਅੱਛੀ ਸਿਹਤ ਪ੍ਰਾਪਤ ਕਰਨ ਲਈ, ਅਸੈਸ ਟੂ ਨੌਲੇਜ ਗਿਆਨ ਪ੍ਰਾਪਤ ਕਰਨ ਲਈ, ਹਿਊਮਨ ਰਾਈਟਸ ਮਨੁੱਖੀ ਅਧਿਕਾਰਾਂ ਦੀ ਰਾਖੀ ਹੋ ਸਕੇ, ਮਨੁੱਖੀ ਸੁਰੱਖਿਆ, ਡੀਸੈਂਟ ਸਟੈਂਡਰਡ ਆਫ ਲਿਵਿੰਗ ਸਾਡਾ ਜਿਹੜਾ ਜੀਵਨ ਹੈ ਉਹਦਾ ਇੱਕ ਵਧੀਆ ਇੱਕ ਪੱਧਰ ਬਣੇ, ਨੋਨ ਡਿਸਕ੍ਰਿਮੀਨੇਸ਼ਨ ਕੋਈ ਭੇਦ ਨਾ ਹੋਵੇ, ਡਿਗਨਿਟੀ ਸ਼ਾਂਤ ਦੇ ਨਾਲ ਅਸੀਂ ਜੀਵੀਏ, ਸੈਲਫ ਡਿਟਰਮੀਨੇਸ਼ਨ ਅਸੀਂ ਆਪਣੇ ਬਾਰੇ ਆਪ ਗੱਲ ਕਰ ਸਕੀਏ ਔਰ ਪੂਰਾ ਦ੍ਰਿੜ ਇਰਾਦੇ ਦੇ ਹੋਈਏ। ਸੋ ਇਹ ਜਿਹੜੇ ਕੁਛ ਇੰਡੀਕੇਟਰ ਇੱਥੇ ਵੀ ਦਰਸਾਏ ਗਏ ਨੇ ਇਹ ਸਾਰੇ ਸਾਨੂੰ ਕਿੱਧਰ ਲੈ ਕੇ ਜਾ ਰਹੇ ਨੇ, ਮਨੁੱਖੀ ਵਿਕਾਸ ਵੱਲ। ਸੋ ਮਨੁੱਖੀ ਵਿਕਾਸ ਅਸੀਂ ਹੁਣ ਤੱਕ ਦੇਖਿਆ ਕਿ ਸਿਰਫ ਅਤੇ ਸਿਰਫ ਪੈਸੇ ਦਾ ਨਾਲ ਹੀ ਹੈ ਨਹੀਂ ਹੈ, ਸਗੋਂ ਮਨੁੱਖੀ ਵਿਕਾਸ ਵਿੱਚ ਬਹੁਤ ਸਾਰੇ ਇਹੋ ਜਿਹੇ ਤੱਤ ਆਉਂਦੇ ਨੇ ਜਿਹੜੇ ਸਾਡੇ ਸੁਖਾਲੇ ਜੀਵਨ ਦੇ ਬਾਰੇ ਗੱਲ ਕਰਦੇ ਨੇ। ਸੋ ਆਹ ਇੱਕ ਸਾਹਮਣੇ ਰੈਂਕਿੰਗ ਦਿੱਤੀ ਹੈ, ਬ੍ਰਿਕਸ ਪੰਜ ਦੇਸ਼ ਨੇ, ਬ੍ਰਾਜ਼ੀਲ, ਰਸ਼ੀਆ, ਇੰਡੀਆ, ਚਾਈਨਾ ਅਤੇ ਸਾਊਥ ਅਫਰੀਕਾ। ਹੁਣੇ ਹੁਣੇ ਚਾਈਨਾ ਦੇ ਵਿੱਚ ਸਾਡੇ ਪ੍ਰਧਾਨ ਮੰਤਰੀ ਜੀ ਵੀ ਜਾ ਕੇ ਆਏ ਨੇ ਜਿੱਥੇ ਬ੍ਰਿਕਸ ਦੇ ਬਾਰੇ ਕਾਨਫਰੰਸ ਹੋਈ ਆ। ਸੋ ਇਹਦੇ ਵਿੱਚ ਪੰਜਾਂ ਦੇਸ਼ਾਂ ਦੀ ਸਿਚੁਏਸ਼ਨ ਦੱਸੀ ਆ ਜਾਂ ਪੁਜੀਸ਼ਨ ਸਮਝਾਈ ਆ ਕਿ ਕਿਹੜੇ ਕਿਹੜੇ, ਜੈਂਡਰ ਕੁਆਲਿਟੀ ਦੇ ਬਾਰੇ ਗੱਲ ਕੀਤੀ, ਜੈਂਡਰ ਇਨਕੁਆਲਿਟੀ ਇੰਡੈਕਸ ਕਿ ਜਿਹੜੀ ਲਿੰਗ ਅਬਰਾਬਰਤਾ ਉਹ ਕਿੰਨੀ ਕੁ ਹੈ, ਕਿੱਥੇ ਕਿੱਥੇ ਹੈ, ਜਾਂ ਲਿੰਗ ਦੇ ਅਨੁਸਾਰ ਆਪਾਂ ਕਿਵੇਂ ਸਮਾਜ ਦੇ ਵਿੱਚ ਦਰਜਾ ਦਿੰਦੇ ਹਾਂ ਔਰਤਾਂ ਅਤੇ ਮਰਦਾਂ ਨੂੰ। ਸੋ ਇਹਦੇ ਵਿੱਚ ਜੇ ਰੈਂਕਿੰਗ ਦੀ ਗੱਲ ਕਰੀਏ ਤਾਂ ਰੈਂਕਿੰਗ ਰਸ਼ੀਆ ਦਾ 52 ਹੈ, ਇੰਡੀਆ ਦਾ 125ਵਾਂ ਹੈ। ਸੋ ਜੇ ਆਪਾਂ ਸੀਟ ਸ਼ੇਅਰ ਗੱਲ ਕਰੀਏ ਕਿ ਪਾਰਲੀਮੈਂਟ ਦੇ ਵਿੱਚ ਕਿੰਨੀਆਂ ਕੁ ਔਰਤਾਂ ਜਿਹੜੀਆਂ ਨੇ ਉਹ MP ਜਾਂ ਮੰਤਰੀ ਹਨ ਜਾਂ ਉਹਨਾਂ ਦਾ ਕਿੰਨਾ ਕੁ ਸ਼ੇਅਰ ਹੈ, ਰਸ਼ੀਆ ਦੇ ਵਿੱਚ 14.5 ਹੈ, ਬ੍ਰਾਜ਼ੀਲ ਦੇ ਵਿੱਚ 10.8 ਹੈ,
ਚਾਈਨਾ ਦੇ ਵਿੱਚ 23.6 ਹੈ। ਸਾਊਥ ਅਫਰੀਕਾ ਸਭ ਤੋਂ ਵੱਧ ਔਰਤਾਂ ਜਿਹੜੀਆਂ ਨੇ ਉਹ ਪਾਰਲੀਮੈਂਟ ਦੇ ਵਿੱਚ ਚੁਣ ਕੇ ਜਾਂਦੀਆਂ ਨੇ ਮਨੁੱਖਾਂ ਦੇ ਨੁਮਾਇੰਦਿਆਂ ਵਜੋਂ। ਸੋ ਇੰਡੀਆ ਦੇ ਵਿੱਚ ਇਹ ਕਹਿ ਲਈਏ ਕਿ ਬ੍ਰਾਜ਼ੀਲ ਔਰ ਇੰਡੀਆ ਥੱਲੇ ਹੀ ਨੇ ਇਹਦੇ ਵਿੱਚ, ਜੈਂਡਰ ਇਕੁਐਲਿਟੀ ਦੇ ਵਿੱਚ ਆਪਾਂ ਬਹੁਤ ਪਿੱਛੇ ਹਾਂ। ਜਿੰਨਾ ਹਿੱਸਾ ਬਣਦਾ ਔਰਤਾਂ ਦਾ ਹਾਲੇ ਵੀ ਅਸੀਂ ਜਾਂ ਆਪਣੇ ਦੇਸ਼ ਵਿੱਚ ਨਹੀਂ ਪ੍ਰੋਵਾਈਡ ਕਰ ਸਕੇ। ਸੋ ਇਹ ਸੀਗੀ ਪੰਜਾਂ ਦੇਸ਼ਾਂ ਦੇ ਵਿੱਚ ਰੈਂਕਿੰਗ ਇੰਡੀਆ ਦੀ। ਜੇ ਵਿਕਾਸ ਦੇ ਬਾਰੇ ਹੋਰ ਗੱਲ ਕਰੀਏ ਤਾਂ ਸਾਨੂੰ ਪਤਾ ਲੱਗਦਾ ਕਿ ਵਿਕਾਸ ਦਾ ਮਤਲਬ ਕੀ ਆ, ਖੁੱਲ ਜਾਂ ਸੁਤੰਤਰਤਾ। ਵਿਕਾਸ ਅਤੇ ਸੁਤੰਤਰਤਾ ਸੰਬੰਧ ਆਧੁਨਿਕਤਾ, ਆਰਾਮ, ਸੁੱਖ, ਖੁਸ਼ਹਾਲੀ ਆਦਿ ਨਾਲ ਹੈ। ਦੇਖੋ ਤੁਹਾਡੇ ਸਾਹਮਣੇ ਹੀ ਆ ਗਿਆ, ਇੱਥੇ ਬਿਲਕੁਲ ਕਿਤੇ ਸਿੱਧੇ ਤੌਰ 'ਤੇ ਨਹੀਂ ਲਿਖਿਆ ਕਿ ਵਿਕਾਸ ਦਾ ਸੰਬੰਧ ਮਨੁੱਖ ਦੇ ਆਰਥਿਕ ਵਿਕਾਸ ਜਾਂ ਪੈਸੇ ਨਾਲ ਸੰਬੰਧਿਤ ਵਿਕਾਸ ਦੇ ਨਾਲ ਹੈ। ਇਹ 'ਚ ਲਿਖਿਆ ਹੋਇਆ ਹੈ ਖੁੱਲ੍ਹ ਜਾਂ ਸੁਤੰਤਰਤਾ। ਖੁੱਲ੍ਹ ਕਿਸ ਚੀਜ਼ ਦੀ, ਆਜ਼ਾਦੀ ਕਿਸ ਚੀਜ਼ ਦੀ, ਆਜ਼ਾਦੀ ਆਪਣੇ ਜੀਵਨ ਨੂੰ ਵਧੀਆ ਬਣਾਉਣ ਦੀ, ਆਧੁਨਿਕਤਾ ਦੇ ਨਾਲ ਨਾਲ ਐਸ਼, ਆਰਾਮ, ਖੁਸ਼ਹਾਲੀ ਜਿਹਦੇ ਨਾਲ ਸਾਡਾ ਜੀਵਨ ਹੈ ਖੁਸ਼ੀਆਂ ਭਰਿਆ ਹੋ ਸਕੇ। ਵਿਕਾਸ ਦਾ ਮਤਲਬ ਅਜਿਹਾ ਲਿਆ ਗਿਆ ਇੱਥੋਂ। ਅਜੋਕੇ ਸਮੇਂ ਵਿੱਚ ਉਦਯੋਗੀਕਰਨ, ਕੰਪਿਊਟਰੀਕਰਨ, ਆਵਾਜਾਈ ਅਤੇ ਸੰਚਾਰ ਦੇ ਸਾਧਨ, ਵਧੀਆ ਸਿੱਖਿਆ ਦੇ ਪ੍ਰਬੰਧ, ਮੈਡੀਕਲ ਸਹੂਲਤਾਂ, ਲੋਕਾਂ ਦੀ ਸੁਰੱਖਿਆ ਅਤੇ ਬਚਾਓ ਆਦਿ ਵਿਕਾਸ ਦੇ ਮਾਪਦੰਡ ਮੰਨੇ ਜਾਂਦੇ ਹਨ। ਸੋ ਇਹ ਸਾਰੀਆਂ ਚੀਜ਼ਾਂ ਨੇ ਜਿਹੜੇ ਇੰਡੀਕੇਟਰ ਤਾਂ ਹੈ ਨੇ, ਲੇਕਿਨ ਡਾਇਰੈਕਟਲੀ ਤੌਰ 'ਤੇ ਜਾਂ ਸਿੱਧੇ ਤੌਰ 'ਤੇ ਪੈਸੇ ਦੀ ਗੱਲ ਕਿਤੇ ਵੀ ਨਹੀਂ ਕਰਦੇ। ਅਸੀਂ ਜੀਵਨ ਸੁਖਾਲੇ ਦੀ ਗੱਲ ਕਰ ਰਹੇ ਹਾਂ ਕਿ ਜੀਵਨ ਨੂੰ ਸੁਖੀ ਖੁਸ਼ਹਾਲ ਕਿੱਦਾਂ ਬਣਾਉਣਾ ਹੈ। ਸੋ ਵਿਕਾਸ ਦੇ ਪੱਧਰ ਨੂੰ ਆਧੁਨਿਕ ਸਹੂਲਤਾਂ ਦੀ ਮੌਜੂਦਗੀ ਅਤੇ ਉਹਨਾਂ ਤੱਕ ਪਹੁੰਚ, ਕਿੰਨੀਆਂ ਕੁ ਸਹੂਲਤਾਂ ਸਾਡੇ ਕੋਲ ਹਨ ਅਤੇ ਸਾਡੀ ਪਹੁੰਚ ਉਹਨਾਂ ਸਹੂਲਤਾਂ ਤੱਕ ਕਿੰਨੀ ਕੁ ਹੈ, ਇਹਦੇ ਨਾਲ ਮਾਪਿਆ ਜਾਂਦਾ ਹੈ। ਪਰੰਤੂ ਜੇ ਆਪਣੇ ਦੇਸ਼ ਦੀ ਗੱਲ ਕਰੀਏ ਤਾਂ ਹਾਲੇ ਵੀ ਅਸੀਂ ਕਈ ਭਿੰਨ ਭਾਤ ਜਿਹੜੇ ਆ ਇਹਦੇ ਸ਼ਿਕਾਰ ਹਾਂ। ਹਾਲੇ ਵੀ ਡਿਸਕ੍ਰਿਮੀਨੇਸ਼ਨ ਜਿਹੜੀ ਆ ਕਈ ਪੱਧਰਾਂ 'ਤੇ ਹੋ ਰਹੀ ਹੈ। ਜਿਹੜੇ ਸਮਾਜ ਦੇ ਸਾਰੇ ਅੰਗ ਨੇ ਸਾਰੇ ਇੱਕੋ ਜਿਹੇ ਵਿਕਸਿਤ ਨਹੀਂ ਹਨ, ਜਾਂ ਇਹ ਕਹਿ ਲਈਏ ਸਮਾਜਿਕ ਪੱਖਪਾਤ ਦਾ ਸ਼ਿਕਾਰ ਹਨ, ਜਾਂ ਬਹੁਤ ਸਾਰੇ ਮੁਸ਼ਕਲਾਂ ਲੋਕਾਂ ਨੂੰ ਸਾਹਮਣਾ ਕਰਨੀਆਂ ਪੈਂਦੀਆਂ ਹਨ। ਸੋ ਜੇ ਪੂਰੇ ਸੰਸਾਰ ਦੀ ਪਾਪੂਲੇਸ਼ਨ ਦੇਖੀਏ ਤਾਂ ਆਹ ਸਲਾਈਡ ਦੇ ਵਿੱਚ ਜਿਹੜੀ ਪਾਪੂਲੇਸ਼ਨ ਹੈ ਸਾਡੀ 700 ਕਰੋੜ ਤੋਂ ਵੱਧ ਚੁੱਕੀ ਹੈ। ਇਹਦੀ ਜਿਹੜੀ 33% ਪਾਪੂਲੇਸ਼ਨ ਹੈ ਜਾਂ ਜਨਸੰਖਿਆ ਹੈ ਉਹ ਹਾਲੇ ਵੀ ਲੋ ਹਿਊਮਨ ਡਿਵੈਲਪਮੈਂਟ ਇੰਡੈਕਸ ਦੇ ਵਿੱਚ ਰਹਿ ਰਹੀ ਆ, ਜਾਂ ਘੱਟ ਵਿਕਸਿਤ, ਘੱਟ ਮਨੁੱਖੀ ਵਿਕਾਸ ਵਾਲੇ ਦੇਸ਼ ਨੇ 33% ਜਿਹੜੀ ਪਾਪੂਲੇਸ਼ਨ ਹੈ। ਔਰ 45% ਪਾਪੂਲੇਸ਼ਨ ਸੰਸਾਰ ਦੀ ਮੀਡੀਓਕਰ ਨੇ, ਮੀਡੀਅਮ ਦੇ ਵਿੱਚ ਨੇ ਜਾਂ ਮੱਧਵਰਤੀ ਨੇ। ਸਿਰਫ 22% ਜਿਹੜੇ ਦੇਸ਼ ਨੇ ਜਾਂ ਲੋਕ ਨੇ ਸੰਸਾਰ ਦੇ ਉਹਨਾਂ ਕੋਲ ਜਾਂ ਵਧੀਆ ਵਿਕਾਸ ਹੈ ਜਾਂ ਉੱਚੇ ਵਿਕਾਸ ਨੂੰ ਮਾਣ ਰਹੇ ਹਨ। ਸੋ ਮਨੁੱਖੀ ਵਿਕਾਸ ਜਿਹੜਾ ਹੈ ਇਹ ਸਾਨੂੰ ਪਤਾ ਲੱਗਦਾ ਹੈ ਕਿ ਪੈਸੇ ਨਾਲ ਨਹੀਂ, ਉਹਦੇ ਨਾਲ ਨਾਲ ਹੋਰ ਵੀ ਬਹੁਤ ਸਾਰੇ ਇੰਡੀਕੇਟਰ ਜਾਂ ਮਾਪਦੰਡ ਨੇ ਜਿਹਦੇ ਨਾਲ ਅਸੀਂ ਮਨੁੱਖੀ ਵਿਕਾਸ ਨੂੰ ਦੇਖਦੇ ਹਾਂ। ਸੋ ਮਨੁੱਖੀ ਵਿਕਾਸ ਦਾ ਮਹੱਤਵ ਕੀ ਆ, ਮਨੁੱਖੀ ਵਿਕਾਸ ਦਾ ਮੁੱਖ ਮੰਤਵ ਕੀ ਆ, ਮਨੁੱਖੀ ਵਿਕਲਪ ਜਾਂ ਚੋਣ ਦੇ ਦਾਇਰੇ ਨੂੰ ਵੱਡਾ ਕਰਨਾ ਅਤੇ ਮਨੁੱਖੀ ਹਾਲਤਾਂ ਨੂੰ ਸੁਧਾਰਨਾ। ਆਪਣੇ ਕੋਲ ਇੰਨੀ ਚੁਆਇਸ ਹੋਵੇ, ਇੰਨੇ ਆਪਸ਼ਨ ਹੋਣ ਕਿ ਅਸੀਂ ਆਪਣੀ ਮਰਜ਼ੀ ਅਨੁਸਾਰ ਆਪਣੇ ਸਮਾਜਿਕ ਅਤੇ ਆਰਥਿਕ ਜੀਵਨ ਨੂੰ ਉੱਚਾ ਕਰ ਸਕੀਏ। ਇਹ ਉਤਪਾਦਨ ਦਾ ਉੱਚਾ ਪੱਧਰ ਹਾਸਲ ਕਰਨ ਦਾ ਵੀ ਇੱਕ ਔਜ਼ਾਰ ਹੈ। ਮੁੱਖ ਨਿਸ਼ਾਨਾ ਕੀ ਆ, ਮਨੁੱਖੀ ਗੁਣਾਂ ਵਿੱਚ ਸੁਧਾਰ ਲਿਆਉਣਾ ਹੈ, ਔਰ ਤਾਂ ਹੀ ਸੰਭਵ ਹੈ ਜੇ ਸਮਾਜ ਦੇ ਸਾਰੇ ਹੀ ਲੋੜੀਂਦੇ ਪੱਖਾਂ ਵਿੱਚ ਨਿਵੇਸ਼ ਕੀਤਾ ਜਾਵੇ। ਜ਼ਰੂਰੀ ਨਹੀਂ ਕਿ ਅਸੀਂ ਇੰਡਸਟਰੀ ਲਾ ਲਈ, ਫੈਕਟਰੀਆਂ ਲਾ ਲਈਆਂ ਅਤੇ ਦੇਸ਼ ਬੜਾ ਅਮੀਰ ਹੋ ਗਿਆ, ਸਗੋਂ ਬਾਕੀ ਜਿਹੜੇ ਸਮਾਜਿਕ ਤੱਤ ਨੇ, ਚਾਹੇ ਉਹ ਵਿੱਦਿਆ ਦਾ ਹੈ, ਆਰਾਮ ਦਾ ਹੈ, ਸਿਹਤ ਸਹੂਲਤਾਂ ਦਾ ਹੈ, ਜਾਂ ਸਾਡੇ ਨਾਲ ਹੋਰ ਜਿਹੜੀਆਂ ਟਰਾਂਸਪੋਰਟ ਮੀਨਸ ਆਫ ਟਰਾਂਸਪੋਰਟ ਐਂਡ ਕਮਿਊਨੀਕੇਸ਼ਨ ਜੁੜੇ ਹੋਏ ਨੇ, ਆਵਾਜਾਈ ਅਤੇ ਸੰਚਾਰ ਦੇ ਸਾਧਨ ਨੇ, ਇਹ ਸਾਰੇ ਜਿਹੜੇ ਜਾਂ ਸਾਡਾ ਸਮਾਜਿਕ ਅਤੇ ਰਾਜਨੀਤਿਕ ਸੰਤੁਲਨ ਹੈ, ਸਾਰੇ ਪੱਖਾਂ ਦੇ ਵਿੱਚ ਹੀ ਧਿਆਨ ਦੇ ਕੇ ਇਹਨਾਂ ਦੇ ਵਿੱਚ ਸੁਧਾਰ ਕਰਨ ਦੀ ਲੋੜ ਹੈ ਜੇ ਅਸੀਂ ਮਨੁੱਖ ਦਾ ਵਿਕਾਸ ਕਰਨਾ ਚਾਹੁੰਦੇ ਹਾਂ ਤਾਂ। ਸੋ ਅੱਗੇ ਦੇਖਦੇ ਅਸੀਂ ਮਨੁੱਖੀ ਵਿਕਾਸ ਦੇ ਥੰਮ, ਉਹ ਕਿਹੜੇ ਚਾਰ ਪਿਲਰਸ ਨੇ, ਚਾਰ ਥੰਮ ਨੇ ਜਿਨ੍ਹਾਂ 'ਤੇ ਮਨੁੱਖੀ ਵਿਕਾਸ ਟਿਕਿਆ ਹੈ ਜਾਂ ਜਿਹਦੇ ਨਾਲ ਪ੍ਰਭਾਵਿਤ ਹੁੰਦਾ ਹੈ ਜਾਂ ਜੋ ਅਸੀਂ ਪ੍ਰਾਪਤ ਕਰਨਾ ਹੈ। ਪਹਿਲਾ ਮਨੁੱਖੀ ਵਿਕਾਸ ਦਾ ਥੰਮ ਹੈ ਹੱਕ ਜਾਂ ਇਨਸਾਫ। ਹੱਕ ਜਾਂ ਇਨਸਾਫ ਦਾ ਮਤਲਬ ਕੀ ਆ, ਇਕੁਇਟੀ। ਇਹਦਾ ਮਤਲਬ ਇਹ ਆ ਕਿ ਜੋ ਸਾਡਾ ਹਿੱਸਾ ਬਣਦਾ ਹੈ ਉਹ ਸਾਨੂੰ ਮਿਲੇ, ਸਾਡੇ ਨਾਲ ਇਨਸਾਫ ਹੋਵੇ। ਇਹ ਨਹੀਂ ਕਿ ਸਮਾਜ ਦੇ ਕੁਝ ਜਿਹੜੇ ਹਿੱਸੇ ਨੇ ਜਾਂ ਸਟੇਟ ਆਫ ਸੋਸਾਇਟੀ ਆ ਉਹ ਘੱਟ ਵਿਕਸਿਤ ਹੀ ਰਹਿ ਜਾਣ ਔਰ ਕੁਝ ਲੋਕ ਜਿਹੜੇ ਆ ਉਹ ਬਹੁਤ ਸਾਰੀਆਂ ਸਹੂਲਤਾਂ ਜਿਹੜੀਆਂ ਉਹ ਮਾਣਦੇ ਹੋਣ। ਸੋ ਹੱਕ ਜਾਂ ਇਨਸਾਫ ਜਿਹੜਾ ਇਹ ਸਾਨੂੰ ਸਾਰਿਆਂ ਨੂੰ ਮਿਲੇ, ਜਿੰਨਾ ਅਸੀਂ ਡਿਜ਼ਰਵ ਕਰਦੇ ਹਾਂ, ਜਿੰਨਾ ਸਾਡਾ ਰਾਈਟ ਬਣਦਾ ਹੈ।
ਇਹ ਬਿਨਾਂ ਕਿਸੇ ਨਸਲ ਜਾਤ ਧਰਮ ਲਿੰਗ ਭੇਦਭਾਵ ਤੋਂ ਹੋਣਾ ਚਾਹੀਦਾ। ਦੂਜਾ ਪੁਆਇੰਟ ਹੈ ਨਿਰੰਤਰਤਾ। ਨਿਰੰਤਰਤਾ ਮਤਲਬ ਸਸਟੇਨੇਬਿਲਿਟੀ। ਸਸਟੇਨੇਬਿਲਿਟੀ ਕੀ ਹੈ ਕਿ ਸਾਨੂੰ ਮੌਕੇ ਤਾਂ ਮਿਲਣ ਹੀ, ਅਸੀਂ ਪ੍ਰਾਪਤੀ ਤਾਂ ਕਰੀਏ ਹਰੇਕ ਫੀਲਡ ਵਿੱਚ, ਲੇਕਿਨ ਇਹਦੇ ਨਾਲ ਨਾਲ ਪ੍ਰਾਪਤੀ ਦੇ ਨਾਲ ਨਾਲ ਜਿਹੜੇ ਆਉਣ ਵਾਲੀ ਜਨਰੇਸ਼ਨਸ ਨੇ ਜਾਂ ਪੁਸ਼ਤਾਂ ਨੇ ਜਾਂ ਆਉਣ ਵਾਲੀਆਂ ਪੀੜ੍ਹੀਆਂ ਨੇ, ਉਹਨਾਂ ਲਈ ਵੀ ਅਸੀਂ ਕੁਛ ਨਾ ਕੁਛ ਛੱਡ ਕੇ ਜਾਈਏ ਔਰ ਸਭ ਕੁਛ ਹੀ ਆਪਣੇ ਆਪ ਉਹਨੂੰ ਖਤਮ ਨਾ ਕਰ ਦਈਏ। ਜਿਹੜੇ ਰਿਸੋਰਸਿਸ ਦਾ ਸਾਧਨ ਹੈ ਉਹਦੀ ਸਸਟੇਨੇਬਿਲਿਟੀ ਜਿਹੜੀ ਆ ਬਹੁਤ ਜ਼ਰੂਰੀ ਹੈ। ਸੋ ਉਤਪਾਦਕਤਾ ਤੀਜਾ ਥੰਮ ਹੈ। ਉਤਪਾਦਕਤਾ ਮੀਨਸ ਸਮਾਜ ਦੇ ਜਾਂ ਦੇਸ਼ ਦੇ ਹਰੇਕ ਸੈਗਮੈਂਟ ਵਿੱਚ ਹਰੇਕ ਖੇਤਰ ਵਿੱਚ ਉਤਪਾਦਨ ਵਧਾਉਣਾ। ਉਤਪਾਦਨ ਵਧਾਉਣਾ ਕਿਵੇਂ? ਬਿਹਤਰ ਵਿੱਦਿਅਕ ਅਤੇ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਜਾਣ ਤਾਂ ਕਿ ਅੱਛੀਆਂ ਵਿੱਦਿਅਕ ਸਹੂਲਤਾਂ ਜਾਂ ਟੈਕਨੋਲੋਜੀਕਲ ਨੌਲੇਜ ਜਿਹੜਾ ਲੈ ਕੇ ਜਿਹੜੇ ਲੋਕ ਹੈ ਉਹ ਵਧੀਆ ਪ੍ਰਾਪਤੀ ਕਰ ਸਕਣ। ਸੋ ਹਰ ਖੇਤਰ ਦੇ ਵਿੱਚ ਪ੍ਰੋਡਕਟੀਵਿਟੀ ਜਾਂ ਉਤਪਾਦਕਤਾ ਹੋਣੀ ਚਾਹੀਦੀ ਹੈ। ਸ਼ਕਤੀਕਰਨ ਇੰਪਾਵਰਮੈਂਟ, ਇਹਦਾ ਮਤਲਬ ਇਹ ਹੈ ਕਿ ਸਾਡੇ ਕੋਲ ਇੰਨੀ ਸਮਰੱਥਾ ਹੋਵੇ ਜਾਂ ਅਸੀਂ ਇੰਨੇ ਆਜ਼ਾਦ ਹੋਈਏ ਕਿ ਆਪਣੀ ਮਨ ਮਰਜ਼ੀ ਦੇ ਲਈ ਅਸੀਂ ਜੋ ਵੀ ਅਸੀਂ ਚਾਹੀਏ, ਜਿੰਨੀ ਵਿੱਦਿਆ ਪ੍ਰਾਪਤ ਕਰਨੀ ਚਾਹੁੰਦੇ ਹਾਂ ਜਾਂ ਜੋ ਵੀ ਅਸੀਂ ਕੰਮਕਾਰ ਅਡੋਪਟ ਕਰਨਾ ਚਾਹੁੰਦੇ ਜਾਂ ਆਰਥਿਕ ਕਿਰਿਆ ਕਰਨੀ ਚਾਹੁੰਦੇ ਅਸੀਂ ਕਰ ਸਕਦੇ ਹੋਈਏ। ਸੋ ਇਹ ਤਾਂ ਹੀ ਸੰਭਵ ਹੈ ਜੇ ਅਸੀਂ ਸਮਾਜਿਕ ਤੌਰ 'ਤੇ ਵੀ ਬਹੁਤ ਵਿਕਸਿਤ ਹੋਵਾਂਗੇ ਤਾਂ। ਸੋ ਇਹ ਚਾਰ ਪਿਲਰਸ ਨੇ, ਚਾਰ ਥੰਮ ਨੇ, ਹੱਕ ਜਾਂ ਇਨਸਾਫ, ਨਿਰੰਤਰਤਾ, ਉਤਪਾਦਕਤਾ, ਸ਼ਕਤੀਕਰਨ। ਮਨੁੱਖੀ ਵਿਕਾਸ ਦੇ ਸੂਚਕ, ਮਨੁੱਖੀ ਵਿਕਾਸ ਦੇ ਚਿੰਨ੍ਹ ਜਾਂ ਸੂਚਕ ਕਿਹੜੇ ਨੇ? ਯੂਨਾਈਟਿਡ ਨੇਸ਼ਨਸ ਡਿਵੈਲਪਮੈਂਟ ਪ੍ਰੋਗਰਾਮ ਨੇ ਜਾਂ ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ ਨੇ ਸਾਨੂੰ ਦੱਸਿਆ ਕਿ ਅੱਡ ਹੇਠ ਲਿਖੇ ਤੱਤ ਹੈ ਇਹ ਵੀ ਮਨੁੱਖੀ ਵਿਕਾਸ ਨੂੰ ਦਰਸਾਉਂਦੇ ਨੇ। ਪਹਿਲਾ ਤੱਤ ਜਾਂ ਫੈਕਟਰ ਹੈ ਲੰਬੀ ਉਮਰ, ਲਾਈਫ ਐਕਸਪੈਕਟੈਂਸੀ। ਦੂਜਾ ਗਿਆਨ ਦਾ ਪੱਧਰ, ਲੈਵਲ ਆਫ ਨੌਲੇਜ, ਰਹਿਣ ਸਹਿਣ ਦਾ ਪੱਧਰ। ਸੋ ਇਹ ਉਹ ਤੱਤ ਨੇ ਜਿਹੜੇ ਬਹੁਤ ਹੀ ਜ਼ਰੂਰੀ ਨੇ, ਜਿਨ੍ਹਾਂ ਨਾਲ ਅਸੀਂ ਕਹਿ ਸਕਦੇ ਹਾਂ ਕਿ ਅਗਰ ਅਸੀਂ ਇਹਦੇ ਵਿੱਚ ਪ੍ਰਾਪਤੀ ਕਰ ਲਈ ਤਾਂ ਅਸੀਂ ਮਨੁੱਖੀ ਵਿਕਾਸ 'ਤੇ ਅੱਛੇ ਪੱਧਰ 'ਤੇ ਪਹੁੰਚ ਗਏ। ਲੰਬੀ ਉਮਰ, ਲੰਬੀ ਉਮਰ ਕਿਵੇਂ ਪ੍ਰਾਪਤ ਹੁੰਦੀ ਹੈ? ਜੇ ਅਸੀਂ ਬਿਮਾਰੀਆਂ ਤੋਂ ਮੁਕਤ ਹੋਵਾਂਗੇ ਤਾਂ, ਜੇ ਜਨਮ ਤੋਂ ਲੈ ਕੇ ਹੀ ਥਰੂ ਆਊਟ ਦਾ ਲਾਈਫ ਅੱਛੀ ਉਮਰ, ਅੱਛੀ ਜਿਹੜੀ ਸਿਹਤ ਸਹੂਲਤਾਂ ਮਿਲਦੀਆਂ ਨੇ ਤਾਂ ਅਸੀਂ ਕਹਾਂਗੇ ਕਿ ਜਿਹੜੀ ਸਾਡੀ ਲੰਬੀ ਉਮਰ ਹੈ ਉਹ ਕਾਇਮ ਹੈ। ਸੋ ਗਿਆਨ ਦਾ ਪੱਧਰ ਕੀ ਆ? ਜਿੰਨਾ ਅਸੀਂ ਗਿਆਨ ਪ੍ਰਾਪਤ ਕਰ ਸਕਦੇ ਹੋਈਏ ਉਨਾ ਅਸੀਂ ਗਿਆਨ ਪ੍ਰਾਪਤ ਕਰੀਏ, ਔਰ ਇਹਦੇ ਨਾਲ ਨਾਲ ਆਪਣੀ ਗਿਆਨ ਦੇ ਪੱਧਰ ਵਿੱਚ ਵਾਧਾ ਵੀ ਹੁੰਦਾ ਰਹੇ ਤਾਂ ਕਿ ਅਸੀਂ ਜਿਹੜੇ ਆਉਣ ਵਾਲੀਆਂ ਟੈਕਨੋਲੋਜੀ ਆ ਉਹਦੇ ਹਾਣੀ ਬਣ ਸਕੀਏ। ਰਹਿਣ ਸਹਿਣ ਦਾ ਪੱਧਰ ਜਿਹੜਾ ਇਹ ਉੱਚਾ ਹੋਣਾ ਚਾਹੀਦਾ। ਸੋ ਤਿੰਨ ਜਿਹੜੇ ਤੱਤ ਨੇ ਜਿਹੜੇ ਸ਼ਾਮਿਲ ਕਰਨੇ ਬਣਦੇ ਨੇ ਉਹਨਾਂ ਅਨੁਸਾਰ ਕਿ ਲੰਬੀ ਉਮਰ ਇਹ ਵੀ ਇੱਕ ਇੰਡੀਕੇਟਰ ਹੋਵੇਗਾ, ਮਾਪਦੰਡ ਹੋਵੇਗਾ ਮਨੁੱਖੀ ਵਿਕਾਸ ਦਾ। ਗਿਆਨ ਦਾ ਪੱਧਰ ਕਿੰਨਾ ਕੁ ਹੈ ਔਰ ਕਿੰਨਾ ਅਸੀਂ ਪ੍ਰਾਪਤ ਕਰਨਾ ਚਾਹੁੰਦੇ, ਕੀ ਕਰ ਸਕਦੇ ਜਾਂ ਨਹੀਂ, ਇਹ ਵੀ ਇੱਕ ਮਾਪਦੰਡ ਹੋਵੇਗਾ। ਰਹਿਣ ਸਹਿਣ ਦਾ ਪੱਧਰ ਅਗਰ ਉੱਚਾ ਹੈ ਤਾਂ ਇਹ ਵੀ ਅਸੀਂ ਕਹਾਂਗੇ ਕਿ ਇਹ ਸਾਰੇ ਹੀ ਅਸੀਂ ਮਨੁੱਖੀ ਵਿਕਾਸ ਵੱਲ ਜਾ ਰਹੇ ਹਾਂ। ਸੋ ਭਾਰਤ ਦੇਸ਼ ਨੇ ਵੀ ਮਨੁੱਖੀ ਵਿਕਾਸ ਨੂੰ ਮਾਪਣ ਲਈ ਤਿੰਨ ਸੈੱਟਾਂ ਦੀ ਚੋਣ ਕੀਤੀ ਆ। ਇਹਨਾਂ ਨੇ ਆਪਣੇ ਹਿਸਾਬ ਨਾਲ ਤਿੰਨ ਸੈੱਟ ਲਏ ਨੇ, ਜਿਹਦੇ ਵਿੱਚ ਪਹਿਲਾ ਲਿੰਗ ਸਮਾਨਤਾ, ਜੈਂਡਰ ਇਕੁਐਲਿਟੀ, ਦੂਜਾ ਔਰਤਾਂ ਦੀਆਂ ਪ੍ਰਾਪਤੀਆਂ, ਮਰਦਾਂ ਦੇ ਮੁਕਾਬਲੇ ਔਰਤਾਂ ਦੀਆਂ ਪ੍ਰਾਪਤੀਆਂ, ਤੀਜਾ ਮਨੁੱਖੀ ਗਰੀਬੀ ਸੂਚਕ ਅੰਕ ਜਾਂ ਇੰਡੀਕੇਟਰਸ। ਸੋ ਲਿੰਗ ਸਮਾਨਤਾ ਬਹੁਤ ਜ਼ਰੂਰੀ ਹੈ, ਚਾਹੇ ਸਾਨੂੰ ਦਿਖਦਾ ਵੀ ਹੈ ਕਿ ਜਿਹੜੀਆਂ ਔਰਤਾਂ ਨੇ ਉਹਨਾਂ ਨੇ ਹਰੇਕ ਖੇਤਰ ਵਿੱਚ ਕਾਫੀ ਮੱਲਾਂ ਮਾਰੀਆਂ ਨੇ, ਪਰੰਤੂ ਕੀ ਅਸਲ ਦੇ ਵਿੱਚ ਸਾਰੀਆਂ ਔਰਤਾਂ ਨੂੰ ਬਰਾਬਰ ਮੌਕਾ ਮਿਲ ਰਿਹਾ ਹੈ ਜਾਂ ਬਰਾਬਰ ਅਧਿਕਾਰ ਮਿਲ ਰਹੇ ਹਨ? ਇਹ ਜ਼ਰੂਰੀ ਹੈ। ਸੋ ਔਰਤਾਂ ਦੀਆਂ ਕਿੰਨੀਆਂ ਕੁ ਪ੍ਰਾਪਤੀਆਂ ਹਨ? ਦੇਖਣ ਨੂੰ ਤਾਂ ਮਿਲਦਾ ਕਿ ਚਾਹੇ ਉਹ ਸਿਵਲ ਸਰਵਿਸਿਜ਼ ਹਨ ਜਾਂ ਡਿਫੈਂਸ ਸਰਵਿਸਿਜ਼ ਹਨ ਜਾਂ ਹੋਰ ਖੇਤਰ ਹਨ, ਉੱਥੇ ਉੱਥੇ ਔਰਤਾਂ ਨੇ ਕਾਫੀ ਮੱਲਾਂ ਮਾਰੀਆਂ ਨੇ। ਕੀ ਸਾਰੀਆਂ ਔਰਤਾਂ ਨੂੰ ਮੌਕਾ ਮਿਲ ਰਿਹਾ ਹੈ? ਸੋ ਤੀਜਾ ਪੁਆਇੰਟ ਮਨੁੱਖੀ ਗਰੀਬੀ ਸੂਚਕ, ਕਿ ਜਿਹੜੀ ਸਾਡਾ ਗਰੀਬੀ ਰੇਖਾ ਹੈ ਜਾਂ ਕਿੰਨੇ ਕੁ ਲੋਕ ਅਸੀਂ ਗਰੀਬੀ ਰੇਖਾ ਦੇ ਹੇਠਾਂ ਰਹਿ ਰਹੇ ਹਾਂ। ਸੋ ਇਹ ਤਿੰਨ ਜਿਹੜੇ ਮਾਪਦੰਡ ਨੇ ਜਿਹੜੇ ਭਾਰਤ ਦੇਸ਼ ਵੱਲੋਂ ਚੋਣ ਕੀਤੀ ਗਈ ਆ, ਲਿੰਗ ਸਮਾਨਤਾ, ਔਰਤਾਂ ਦੀਆਂ ਪ੍ਰਾਪਤੀਆਂ, ਮਨੁੱਖੀ ਗਰੀਬੀ ਸੂਚਕ ਅੰਕ, ਸੋ ਇਹ ਸਾਡੇ ਮਨੁੱਖੀ ਵਿਕਾਸ 'ਤੇ ਤਿੰਨੇ ਹੀ ਬਹੁਤ ਅਸਰ ਪਾਉਂਦੇ ਹਨ। ਜੇ ਅਸੀਂ ਗੱਲ ਕਰੀਏ ਭਾਰਤ ਦੀ, ਭਾਰਤ ਦੇ ਮਨੁੱਖੀ ਵਿਕਾਸ ਦੀ, ਤਾਂ ਉਹਦੇ ਵਿੱਚ ਆਪਾਂ ਦੇਖਦੇ ਹਾਂ ਕਿ ਕੁਝ ਜਿਹੜੀ ਸਟੇਟਾਂ ਨੇ ਉਹ ਅੱਗੇ ਨੇ ਅਤੇ ਬਾਕੀ ਕਾਫੀ ਪਿੱਛੇ ਵੀ ਨੇ। ਸਾਡੇ ਸਾਹਮਣੇ ਜਿਹੜੀ ਸਲਾਈਡ ਆ ਰਹੀ ਆ ਇਹਦੇ ਵਿੱਚ ਅਗਰ ਦੇਖੀਏ ਤਾਂ ਕੇਰਲਾ ਜਿਹੜਾ ਹੈ ਮਨੁੱਖੀ ਸੂਚਕ ਅੰਕ ਜਿਹਦਾ 8.7 ਹੈ, ਔਰ ਹਿਮਾਚਲ ਦੂਜੇ ਨੰਬਰ 'ਤੇ ਹੈ
ਜਿਹਦਾ ਮਨੁੱਖੀ ਸੂਚਕ ਅੰਕ 0.717 ਹੈ। ਸੋ ਇਹ ਜਿਹੜੀ ਸਟੇਟਾਂ ਨੇ ਇਹ ਪਹਿਲੇ ਦੂਜੇ ਨੰਬਰ 'ਤੇ ਨੇ। ਜੇ ਦੇਸ਼ਾਂ ਦੀ ਗੱਲ ਕਰੀਏ ਤਾਂ ਨਾਰਵੇ, ਆਸਟ੍ਰੇਲੀਆ, ਪੋਲੈਂਡ ਇਹ ਪਹਿਲੇ ਦੂਜੇ ਤੀਜੇ ਸਥਾਨ 'ਤੇ ਆਉਂਦੇ ਨੇ ਮਨੁੱਖੀ ਵਿਕਾਸ ਅੰਕ ਦੇ ਵਿੱਚ। ਔਰ ਭਾਰਤ ਜਿਹੜਾ ਹੈ ਇਹ ਬਹੁਤ ਦੂਰ ਹੈ, ਜਿਹੜਾ 0.547 ਮਨੁੱਖੀ